ਪਹਿਲਾਂ ਸਿਆਲਕਾ ਸਾਹਿਬ ਮੈਂ ਤੁਹਾਡੇ ਕੋਲ ਆਊਂਗਾ। ਜਿਹੜੀਆਂ ਗੱਲਾਂ ਨੇ, ਦੇਖੋ ਸਵਾਲ ਦੋਨੇ ਪਾਸੇ ਨੇ। ਇੱਕ ਲੜਕੀ ਆਈ, ਉਹ ਇਹ ਕਹਿ ਰਹੀ ਹੈ ਕਿ ਮੈਨੂੰ ਪਤਾ ਨਹੀਂ ਸੀ ਮਰਿਆਦਾ ਦਾ ਕੀ ਹੋਇਆ, ਮੈਂ ਉੱਥੇ ਜਿਵੇਂ ਉਹਦੀਆਂ ਬੜੀਆਂ ਸਾਰੀਆਂ ਫੋਟੋਆਂ ਦੇਖਣੀਆਂ ਹੋਣਗੀਆਂ, ਬਹੁਤ ਸਾਰੇ ਥਾਵਾਂ 'ਤੇ ਉਹਨੇ ਉਹ ਵਾਲਾ ਆਸਨ ਕੀਤਾ, ਤਾਂ ਉਹਨੇ ਕਿਹਾ ਕਿ ਮੈਂ ਹਰ ਜਗ੍ਹਾ ਜਾ ਕੇ ਇਹ ਆਸਨ ਕਰਦੀ ਹਾਂ ਜਾਂ ਮੇਰਾ ਸਟਾਈਲ ਹੈ, ਔਰ ਮੈਂ ਉਸੇ ਤਰੀਕੇ ਨਾਲ ਸ਼੍ਰੀ ਦਰਬਾਰ ਸਾਹਿਬ ਵੀ ਆਸਨ ਕਰਕੇ ਚਲੀ ਗਈ, ਮੈਨੂੰ ਇਸ ਦਾ ਪਤਾ ਨਹੀਂ ਸੀ। ਸੋ ਹੁਣ ਇਸ ਨੂੰ ਕਿਸ ਲਿਹਾਜ਼ ਨਾਲ ਆਪਾਂ ਦੇਖ ਸਕਦੇ ਹਾਂ ਕਿ ਵਾਕਈ ਜੇ ਇਹ ਗੱਲ ਹੈ ਕਿ ਜੇ ਉਸ 'ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਤਾਂ ਅੱਗੇ ਤੋਂ ਇਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਚੱਲਦੀਆਂ ਰਹਿਣਗੀਆਂ, ਕੀ SGPC ਇਹ ਸੋਚ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਰਾੜ ਸਾਹਿਬ, ਇਹ ਅਚਨਚੇਤ ਵਾਪਰੀ ਘਟਨਾ ਨਹੀਂ, ਇਹ ਬੜਾ ਕੈਲਕੂਲੇਟਡ ਮੂਵ ਚੱਲ ਰਹੀ ਆ। ਥੋੜਾ ਸਮਾਂ ਪਹਿਲਾਂ ਤੁਸੀਂ ਇਹ ਵੇਖੇ ਗਏ ਹੋਊਗਾ, ਇੱਕ ਲੜਕਾ ਆਇਆ, ਉਹਨੇ ਸੱਜਣ ਕੁਮਾਰ ਦੀ ਟੀ ਸ਼ਰਟ ਪਾਈ, ਇਸ਼ਨਾਨ ਕਰਨ ਲੱਗਿਆ, ਉਸੇ ਵੇਲੇ ਫੋਟੋ ਖਿਚਾਈ, ਮੁੜ ਕੇ ਲਾਹ ਦਿੱਤੀ ਅਤੇ ਚਲੇ ਗਿਆ। ਇਸੇ ਤਰ੍ਹਾਂ ਹੀ ਇਹ ਕੋਈ ਲੁਕੀ ਛਿਪੀ ਗੱਲ ਨਹੀਂ, ਇਹ ਹਰਿਮੰਦਰ ਸਾਹਿਬ ਦੇ ਵਿੱਚ ਇਹ ਤਸਵੀਰਾਂ ਖਿਚਾਉਣੀਆਂ ਜਿਹੜੀਆਂ ਇਹ ਇਤਰਾਜ਼ ਯੋਗ ਨੇ। ਠੀਕ ਹੈ, ਇਹ ਨਹੀਂ ਕਿਹਾ ਜਾ ਸਕਦਾ ਦੇਖੋ ਤੁਸੀਂ ਇਸ ਲੜਕੀ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਈਆਂ ਨੇ, ਸਾਡੇ ਅੰਮ੍ਰਿਤਸਰ ਤੋਂ MLA ਜੀਵਨਜੋਤ ਕੌਰ ਨਾਲ ਹੋਈਆਂ ਨੇ, ਠੀਕ ਹੈ, ਇਸ ਤੋਂ ਇਲਾਵਾ ਕੰਗਣਾ ਰਣਾਵਤ ਨਾਲ ਹੋਈਆਂ ਨੇ। ਇਹ ਬੜੀ ਪੋਲੀਟੀਕਲੀ ਵੈਲ ਅਵੇਅਰਡ ਲੜਕੀ ਹੈ, ਤੇ ਜਦੋਂ ਕੋਈ ਹਰਿਮੰਦਰ ਸਾਹਿਬ ਆਉਂਦਾ ਨਾ, ਇਹ ਤੇ ਤੁਸੀਂ ਹਿੰਦੁਸਤਾਨ ਦੀ ਗੱਲ ਛੱਡੋ, ਬਾਹਰਲੇ ਦੇਸ਼ ਤੋਂ ਕੋਈ ਆਉਂਦਾ ਤੇ ਉਹ ਹਰਿਮੰਦਰ ਸਾਹਿਬ ਦੇ ਸੰਬੰਧ ਵਿੱਚ ਪੂਰਾ ਪੜ੍ਹ ਕੇ ਆਉਂਦਾ, ਉਹਨੂੰ ਪਹਿਲਾਂ ਪਤਾ ਹੁੰਦਾ, ਕਿਉਂਕਿ ਕਈ ਵਾਰੀ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਬਾਹਰੋਂ ਆਏ ਨੇ ਤੇ ਅਸੀਂ ਇਹਨਾਂ ਨੂੰ ਇੱਥੋਂ ਦੀ ਮਰਿਆਦਾ ਬਾਰੇ ਜਾਂ ਇੱਥੋਂ ਦੇ ਅਸਥਾਨਾਂ ਬਾਰੇ ਦੱਸੀਏ, ਕਿਉਂਕਿ ਪਰਿਕਰਮਾ ਦੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਅਸਥਾਨ ਨੇ, ਅਤੇ ਪਰਿਕਰਮਾ ਤੋਂ ਬਾਹਰ ਬਾਬਾ ਦੀਪ ਸਿੰਘ ਜੀ ਨਾਲ, ਬਾਬਾ ਬੁੱਢਾ ਜੀ ਨਾਲ, ਅਸੀਂ ਉਹ ਕੋਸ਼ਿਸ਼ ਕਰਦੇ ਉਹਨਾਂ ਦੱਸੀਏ, ਪਰ ਉਹ ਪਹਿਲਾਂ ਹੀ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ। ਇਹ ਲੜਕੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਕਹਿੰਦੀ ਆਪਣੇ ਆਪ ਨੂੰ ਜੀ, ਪਰ ਇਨਫਲੂਐਂਸਡ ਬਾਈ ਸਮਵਨ ਅਦਰ ਪਰਸਨ ਜਾਂ ਅਦਰ ਏਜੰਸੀ। ਇਸ ਲੜਕੀ ਨੇ ਇਹ ਜਿਹੜਾ ਆਣ ਕੇ ਇਹ ਜਿਹੜਾ ਨਾ ਵੇਖੋ ਕਿਸ ਦਿਨ ਕੀਤਾ, ਜਿਸ ਦਿਨ ਗੁਰਮਤ ਦੇ ਵਿੱਚ ਕਿਤੇ ਵੀ ਜਿਹੜਾ ਨਾ ਬਾਕੀ ਧਰਮਾਂ ਨਾਲ ਸੰਬੰਧਿਤ ਮਰਿਆਦਾ ਜਾਂ ਦੂਹਰੀ ਤੀਹਰੀ ਉਹ ਚੀਜ਼ ਦਾ ਜੇ ਖੰਡਨ ਨਹੀਂ ਕੀਤਾ ਤੇ ਉਹਦਾ ਮੰਡਨ ਵੀ ਨਹੀਂ ਕੀਤਾ, ਉਹਦੀ ਮੰਨਤਾ ਵੀ ਨਹੀਂ ਹੈਗੀ। ਯੋਗ 5000 ਸਾਲ ਪੁਰਾਣਾ ਕਹਿ ਸਕਦੇ ਹਾਂ ਵੀ ਇਹਦੀ ਹਿਸਟਰੀ ਆਉਂਦੀ ਆ, ਤੇ ਉਹਦੇ ਵਿੱਚ ਸਰੀਰਕ ਕਿਰਿਆਵਾਂ ਤੇ ਮਾਨਸਿਕ ਅਵਸਥਾ ਨੂੰ ਕੰਟਰੋਲ ਕਰਨ ਦੀ ਗੱਲ ਹੈ ਯੋਗ ਦੇ ਵਿਰਾਂ, ਪਰ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਜਦੋਂ ਯੋਗੀ ਸਿੱਧ ਇਹ ਪਰਬਤਾਂ ਤੇ ਜਾ ਬੈਠੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ ਤੋਂ ਜਿਹੜਾ ਯੋਗ ਦੇ ਉੱਤੇ ਜਿਹੜੀ ਗੱਲ ਚੱਲੀ, ਗੁਰੂ ਸਾਹਿਬ ਜੀ ਨੇ ਬੜਾ ਖਾਸ ਤੌਰ ਤੇ ਲਿਖਿਆ, ਨਾਨਕ ਘਰ ਬੈਠਿਆਂ ਯੋਗ ਪਾਈਏ ਸਤਿਗੁਰ ਕੇ ਉਪਦੇਸ਼, ਸਤਿਗੁਰ ਕਹਿ ਉਪਦੇਸ਼। ਗੁਰੂ ਸਾਹਿਬ ਦੀ ਉਹਨਾਂ ਨੇ ਕਿਰਤ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਸਿਧਾਂਤ ਦਿੱਤਾ ਜੀ। ਹੁਣ ਪਰਮੇਸ਼ਰ ਨਾਲ ਜੁੜਨ ਦਾ ਤਰੀਕਾ ਉਹਨਾਂ ਨਾਮ ਜਪਣ ਨੂੰ ਦੱਸਿਆ ਜੀ। ਆਪਣੀ ਕਿਰਤ ਵਿਰਤ ਕਰਨ ਦਾ ਜਿਹੜਾ ਜੀ ਉਹ ਉਹਨਾਂ ਨੇ ਕਿਰਤ ਦੱਸਿਆ ਤੇ ਨਾਲ ਉਹਨਾਂ ਵੰਡ ਕੇ ਛਕੋ ਜੀ, ਇਹ ਗੁਰਮਤ ਦਾ ਪਹਿਲਾ ਅਸੂਲ ਹੈ। ਤੇ ਜਦੋਂ ਇਹਨਾਂ ਚੀਜ਼ਾਂ ਨਾਲ, ਕਿਉਂਕਿ ਹਮਲਾਵਰ ਜਿਹੜੇ ਬਾਹਰੋਂ ਆਉਂਦੇ ਰਹੇ ਉਹਨਾਂ ਹਿੰਦੁਸਤਾਨ ਦੀ ਜਿਹੜੀ ਆ ਨਾ ਉਹ ਜਿੱਥੇ ਹਿੰਦੁਸਤਾਨ ਦੀ ਆਜ਼ਾਦੀ ਨੂੰ ਰੋਲਿਆ ਉੱਥੇ ਇੱਥੋਂ ਦੀਆਂ ਆਣ ਕੇ ਸਾਰੀਆਂ ਚੀਜ਼ਾਂ ਦੇ ਉੱਤੇ
ਜਿਹੜਾ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਜਾਣ ਬੁੱਝ ਕੇ ਕੀਤਾ ਗਿਆ? ਜੇ ਜਾਣ ਬੁੱਝ ਕੇ ਕੀਤਾ ਗਿਆ ਤਾਂ ਕੀਤਾ, ਕਿਉਂਕਿ ਸ਼ੱਕ ਕਿਹਦੇ ਤੇ ਹੈ, ਕਿਹਨੇ ਕਰਵਾਇਆ? ਇਹਨਾਂ ਕਿ ਏਜੰਸੀ ਨੇ ਕਰਾਇਆ ਜੀ। ਪਹਿਲੀ ਘਟਨਾ ਵੀ ਉਹਦੇ ਪਿੱਛੇ ਵੀ ਸਰਕਾਰ ਤਹਿ ਤੱਕ ਨਹੀਂ ਪਹੁੰਚੀ, ਇਹਦੇ ਵਿੱਚ ਵੀ ਜਿਹੜਾ ਸਰਕਾਰ ਨੂੰ ਤਹਿ ਤੱਕ ਪਹੁੰਚਣਾ। ਪਰ ਮੈਂ ਸਮਝਦਾ ਵੀ ਜਦੋਂ ਇਹਨੂੰ ਲੜਕੀ ਨੂੰ ਦੇ ਦਿੱਤੀ ਗਈ ਹੈ ਸੁਰੱਖਿਆ, ਇਹਦੇ ਪਿੱਛੇ ਕੀ ਇੰਡੀਕੇਸ਼ਨ ਹੈ ਜੀ? ਇੱਕ ਲੜਕੀ, ਇੱਕ ਬੰਦਾ, ਮੰਨ ਲਓ ਕੋਈ ਪਰਸਨ ਹੈ ਜਿਹਦੇ ਖਿਲਾਫ਼ ਪਰਚਾ ਦਰਜ ਹੋ ਗਿਆ, ਉਹ ਸਭ ਤੋਂ ਪਹਿਲਾਂ ਉਹਨੇ ਫੇਸ ਕਰਨਾ, ਆਣ ਕੇ ਆਪਣਾ ਪੇਸ਼ ਹੋਵੇ, ਉਹ ਬੇਲ ਲਵੇ ਜਾਂ ਉਹ ਅਦਾਲਤ ਦੇ ਵਿੱਚ ਆਵੇ। ਤੇ ਜਿਹੜੇ ਬੰਦੇ ਨੂੰ ਸੁਰੱਖਿਆ ਦੇ ਦਿੱਤੀ ਗਈ, ਇਟ ਮੀਨਸ ਉਹ ਹੈ ਤੇ ਇਸ ਵੇਲੇ ਪੁਲਿਸ ਦੀ ਕਸਟਡੀ 'ਚ ਹੈ ਨਾ, ਪੁਲਿਸ ਦੀ ਕੇਅਰ ਐਂਡ ਕਸਟਡੀ 'ਚ ਹੈ। ਇਟ ਮੀਨਸ ਕਾਨੂੰਨ ਦੋ ਕਿਸਮ ਦਾ, ਦੋਹਰਾ ਹੋ ਗਿਆ ਨਾ ਮਾਪਦੰਡ, ਵੀ ਉਸ ਬੰਦੇ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਬਜਾਏ ਉਹਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ। ਕਿੰਨੇ ਬੰਦੇ ਨੇ, ਕਿੰਨੇ ਬੰਦੇ ਨੇ ਜਿਹਨਾਂ ਦੇ ਖਿਲਾਫ਼ ਵੱਖ ਵੱਖ ਦੋਸ਼ ਨੇ, ਤੇ ਉਹਨਾਂ ਦੇ ਦੋਸ਼ਾਂ ਦੇ ਕਰਕੇ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਅਦਾਲਤ ਦੇ ਵਿੱਚ ਆਣ ਕੇ ਕਾਨੂੰਨ ਨੂੰ ਸਾਹਮਣਾ ਕਰਨ ਦੇ ਲਈ ਜਿਹੜਾ ਵਾ ਕਿਹਾ ਜਾਂਦਾ ਜੀ। ਹੁਣ ਇਹਨੂੰ ਸਿਕਿਉਰਿਟੀ ਦਿੱਤੀ ਗਈ ਆ, ਕਾਰਨ ਕੋਈ ਨਾ ਕੋਈ ਤੇ ਹੋਊਗਾ। ਵੇਖੋ, ਸਾਡੇ ਮੁਤਾਬਕ, ਗੁਰਮਤ ਦੇ ਮੁਤਾਬਕ ਜਾਂ ਸਿੱਖ ਧਰਮ ਦੇ ਮੁਤਾਬਕ ਜਿਹੜਾ ਗਤਕਾ ਯੁੱਧ ਕਲਾ ਦੇ ਪ੍ਰਤੀਕ ਆ, ਤੇ ਗਤਕੇ ਦੀ ਮਾਨਤਾ ਜਦੋਂ ਜੋਗਾ ਡੇ ਦੀ ਗੱਲ ਚੱਲੀ ਨਾਲ ਸਿੱਖ ਪੰਥ ਵੱਲੋਂ ਜਿਹੜਾ ਉਸ ਦਿਨ ਨੂੰ ਜਿਹੜਾ ਵਾ ਉਹ ਗਤਕਾ ਦਿਵਸ ਵਜੋਂ ਮਨਾਉਣ ਦੀ ਗੱਲ ਚੱਲੀ ਜੀ। ਤੇ ਜੋਗਾ ਡੇ ਦਾ ਜਿਹੜਾ ਉਹ ਵੀ ਉਹਨਾਂ ਦਾ ਆਪਣਾ ਮਹੱਤਵ ਹੈ, ਪਰ ਕਿਉਂਕਿ ਅਸੀਂ ਹਮਲਾਵਰਾਂ ਦਾ ਮੁਕਾਬਲਾ ਕੀਤਾ ਤੇ ਜਿਹੜਾ ਗਤਕਾ ਇਹ ਜਿਹੜਾ ਯੁੱਧ ਕਲਾ ਦਾ ਪ੍ਰਤੀਕ ਹੈ, ਇਸ ਕਰਕੇ ਅਸੀਂ ਉਸ ਦਿਨ ਆਣ ਕੇ ਜਿਸ ਦਿਨ ਚਲੋ ਚਲੋ ਆਪਾਂ ਆਪਾਂ ਡਿਟੇਲ ਚ ਆਵਾਂਗੇ ਸਿਆਲਕਾ ਸਾਹਿਬ, ਅੱਗੇ ਹੋਰ ਕਾਫੀ ਟਾਈਮ ਹੈ ਆਪਣੇ ਕੋਲ। ਮੈਂ ਸਾਡੇ ਨਾਲ ਬੀਜੇਪੀ ਤੋਂ ਚੇਤਨ ਜੋਸ਼ੀ ਜੀ ਬੈਠੇ, ਸਿਆਲਕਾ ਸਾਹਿਬ ਇੱਕ ਸੈਕਿੰਡ, ਠੀਕ ਹੈ, ਆਪਾਂ ਇਸ ਤੇ ਹੋਰ ਅੱਗੇ ਗੱਲ ਕਰਾਂਗੇ। ਜੋਸ਼ੀ ਜੀ, ਜਿਹੜੀ ਜਿਹੜੀ ਆ ਮੋਟੇ ਤੌਰ ਤੇ ਤੁਸੀਂ ਗੱਲਾਂ ਕੀਤੀਆਂ ਜੀ, ਜਿਹੜੀਆਂ ਸਿਆਲਕਾ ਸਾਹਿਬ ਨੇ ਗੱਲਾਂ ਕਹੀਆਂ ਨੇ, ਉਹਨਾਂ ਨੇ ਕਿਹਾ ਕਿ ਸਿੱਧਾ ਸਿੱਧਾ ਇਹ ਗੱਲ ਕਹੀ ਹੈ ਕਿ ਇਸ ਦੇ ਪਿੱਛੇ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ, ਕੋਈ ਸਾਜਿਸ਼ ਹੈ, ਕਿਉਂਕਿ ਉਸ ਤੋਂ ਬਾਅਦ ਉਸਨੂੰ ਕੇਸ ਦਾ ਸਾਹਮਣਾ ਕਰਨ ਦੀ ਬਜਾਏ ਸੁਰੱਖਿਆ ਦੇ ਦਿੱਤੀ ਗਈ ਗੁਜਰਾਤ ਦੇ ਵਿੱਚ। ਉਹ ਖੁਦ ਕਹਿ ਰਹੀ ਹੈ ਆਪਣੇ ਵੀਡੀਓ ਦੇ ਵਿੱਚ। ਸੋ ਕੀ ਠੀਕ ਹੈ ਸੁਰੱਖਿਆ ਦਿੱਤੀ ਜਾਣ? ਦੇਖੋ, ਪਹਿਲਾਂ ਤਾਂ ਸਾਨੂੰ ਸਮਝਣਾ ਪੈਣਾ ਵਾ ਸਾਰਿਆਂ ਨੂੰ ਕਿ ਹਰ ਧਰਮ ਦੀ ਇੱਕ ਮਰਿਆਦਾ ਹੁੰਦੀ, ਹਰ ਧਰਮ ਦੇ ਇੱਕ ਨਿਯਮ ਹੁੰਦੇ ਨੇ, ਔਰ ਜਦੋਂ ਵੈਸੇ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਾਂ ਸਾਰੇ ਵਰਨਾਂ ਦਾ ਜਿਹੜਾ ਵਾ ਸਵਾਗਤ ਕੀਤਾ ਜਾਂਦਾ, ਔਰ ਤੁਸੀਂ ਇਹ ਦੇਖੋ ਕਿ ਜੇ ਸਵਾਗਤ ਕੀਤਾ ਜਾਂਦਾ ਵਾ ਤਾਂ ਉੱਥੋਂ ਉੱਥੇ ਆਉਣ ਵਾਲੇ ਮੱਥਾ ਟੇਕਣ ਵਾਲੇ ਜਿੰਨੇ ਵੀ ਸਾਡੀ ਸੰਗਤ ਆਉਂਦੀ ਹੈ, ਚਾਹੇ ਵੱਖ ਵੱਖ ਧਰਮਾਂ ਨਾਲ ਵੱਖ ਵੱਖ ਜਾਤੀਆਂ ਨਾਲ ਸੰਬੰਧ ਰੱਖਦੀ ਹੈ, ਲੇਕਿਨ ਉਹਨਾਂ ਨੂੰ ਇੱਕ ਮਰਿਆਦਾ ਦਾ ਪਤਾ ਹੁੰਦਾ ਵਾ ਕਿ ਅਸੀਂ ਉੱਥੇ ਜਾਣਾ ਕਿੱਦਾਂ। ਤੁਸੀਂ ਦੇਖੋ, ਮੈਨੂੰ ਇੱਕ ਗੱਲ ਯਾਦ ਆ ਕਿ ਸਾਨੂੰ 1997 ਦੇ ਵਿੱਚ ਜਦੋਂ ਕੁਈਨ ਐਲਿਜ਼ਬੈਥ ਉਹਦੀ ਫੇਰੀ ਲੱਗੀ ਸੀਗੀ ਪੰਜਾਬ ਦੇ ਵਿੱਚ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰਿਸਪੈਕਟ ਦੇ ਤੌਰ ਤੇ ਕੁਈਨ ਨੂੰ ਸਫੇਦ ਰੰਗ ਦੀਆਂ ਜਰਾਬਾਂ ਤੇ ਨਾਲ ਦਸਤਾਨੇ ਦਿੱਤੇ ਸੀਗੇ। ਮਤਲਬ ਅਸੀਂ, ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇੱਕ ਨਵਾਂ ਜਿਹੜਾ ਵਰਡ ਸ਼ੁਰੂ ਕਰਤਾ ਸੋਸ਼ਲ ਮੀਡੀਆ ਇਨਫਲੂਐਂਸਰ, ਇਹ ਕਿਹੜੀ ਡਿਗਰੀ ਹੈ ਯਾਰ? ਮਤਲਬ ਕੀ ਕਰਨਾ ਚਾਹੁੰਦੇ ਨੇ ਇਹ? ਕੀ ਇਹਨਾਂ ਦੀ ਮਨਸ਼ਾ ਕੀ ਆ? ਇਹਨਾਂ ਨੂੰ ਥੋੜ੍ਹਾ ਬਹੁਤਾ ਤਾਂ ਪਤਾ ਹੋਣਾ ਚਾਹੀਦਾ ਕਿ ਗੁਰੂ ਘਰ ਕੀ ਨੇ। ਔਰ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਸਾਡੇ ਹਿੰਦੁਸਤਾਨ ਦੇ ਵੱਖ ਵੱਖ ਕੋਨਿਆਂ ਤੋਂ ਜਿਹੜੇ ਗੈਰ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ, ਉਹ ਲੋਕ ਕੋਈ ਵੀ ਧਰਮ ਦਾ ਹੋਵੇ, ਉਹ ਪੰਜਾਬ ਆਉਂਦਾ ਉਹਦੀ ਪਹਿਲੀ ਖੁਆਇਸ਼ ਹੁੰਦੀ ਮੈਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ, ਦਰਬਾਰ ਸਾਹਿਬ ਮੱਥਾ ਟੇਕਣਾ। ਉਹ ਇਸ ਗੱਲੋਂ ਨਹੀਂ ਕਿਉਂਕਿ ਟੂਰਿਜ਼ਮ ਦਾ ਪਲੇਸ ਆ, ਉਹ ਇੱਕ ਆਸਥਾ ਵਾ, ਕਿਉਂਕਿ ਇਹ ਉਹ ਧਰਮ ਆ ਜਿੰਨੇ ਕੁਰਬਾਨੀਆਂ ਹੀ ਕੀਤੀਆਂ ਨੇ।
ਇਹ ਉਹ ਧਰਮ ਆ ਜਿਹਨੇ ਮੀਰੀ ਪੀਰੀ ਦੇ ਨਾਲ ਗੁਰੂ ਦਾ ਅਟੁੱਟ ਲੰਗਰ ਲਾਇਆ। ਮੈਨੂੰ ਤਾਂ ਯਾਦ ਆ ਕਿ ਸਾਡੇ ਪਿੰਡ ਦੇ ਸਾਡੇ ਅਸੀਂ ਭੂਆ ਜੀ ਇੱਕ ਮਤਲਬ ਫਤਿਹਗੜ੍ਹ ਚੂੜੀਆਂ ਰਹਿੰਦੇ ਨੇ ਔਰ ਹਰ ਮੱਸਿਆ 'ਤੇ ਉਹ ਪੂਰੇ ਆਪਣੇ ਪਿੰਡ 'ਚ ਟਰੱਕ ਨੂੰ ਟਰੱਕ 'ਚ ਲੋਕਾਂ ਨੂੰ ਲੈ ਕੇ ਜਾਂਦੇ ਨੇ ਅਤੇ ਹਰ ਮੱਸਿਆ 'ਤੇ ਉਹ ਚਾਹ ਦਾ ਲੰਗਰ ਲਾਉਂਦੇ ਨੇ ਨਾਲ ਸੇਵਾ ਕਰਦੇ ਨੇ ਉੱਥੇ। ਉਹ ਤਾਂ ਇੱਕ ਆਸਥਾ ਦਾ ਪ੍ਰਤੀਕ ਆ। ਔਰ ਮੇਰਾ ਖਿਆਲ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮ ਵੀ ਦੇਖੋ ਉਹਨਾਂ ਨੇ ਸਸਪੈਂਡ ਕਰ ਦਿੱਤੇ ਨੇ ਉਹਦੇ ਵਿੱਚ, ਜਿਹੜੇ ਮੈਂ ਮੁਲਾਜ਼ਮ ਨਹੀਂ ਕਹਾਂਗਾ, ਮੈਂ ਉਹ ਸੇਵਾਦਾਰ ਕਹਾਂਗਾ ਉੱਥੇ। ਮੈਂ ਮਾਫ਼ੀ ਚਾਹੁੰਦਾ ਕਿਉਂਕਿ ਮੇਰੇ ਲਫ਼ਜ਼ਾਂ ਦੇ ਵਿੱਚੋਂ ਮੁਲਾਜ਼ਮ ਨਿਕਲਿਆ, ਮੈਨੂੰ ਮਾਫ਼ੀ ਦਿੱਤੀ ਜਾਵੇ ਇਸ ਗੱਲ ਦੀ। ਦੂਸਰੀ ਗੱਲ ਇਹ ਹੈਗੀ ਹੈ ਕਿ ਜੇ ਦੇਖੋ ਉਹ ਤਸਵੀਰ ਖਿਚਾਉਣੀ ਉਹਦੇ ਵਿੱਚ ਇਹ ਜਾਂਚ ਵਾਸਤੇ ਇਹਨਾਂ ਦਾ ਹੱਕ ਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹੱਕ ਵਾ ਜਾਣਨ ਦੀ ਕੋਸ਼ਿਸ਼ ਕਰਨੀ ਕਿ ਕੀ ਉਹ ਲੜਕੀ ਨੇ ਜਾਣ ਬੁੱਝ ਕੇ ਕਿਸੇ ਦੇ ਕਹਿਣ ਦੇ ਉੱਤੇ ਕੀਤਾ ਵਾ ਜਾਂ ਇੱਕ ਅਬੋਧ ਅਵਸਥਾ ਦੇ ਵਿੱਚ ਕਰ ਗਈ ਅਤੇ ਪਤਾ ਨਹੀਂ ਲੱਗਾ। ਦੂਸਰੇ ਬੰਨੇ ਉਸ ਲੜਕੀ ਦੀ ਮੈਂ ਵੀਡੀਓ ਵੀ ਸੁਣੀ ਹੈ, ਉਹਦੇ ਵਿੱਚ ਲੜਕੀ ਮਾਫ਼ੀ ਮੰਗਦੀ ਵੀ ਨਜ਼ਰ ਆਈ ਹੈ। ਮਾਫ਼ੀ ਮੰਗਣ ਦੇ ਨਾਲ ਉਹਨੇ ਇਹ ਵੀ ਨਾਲ ਗੱਲਾਂ ਦਾ ਪਤਾ ਲੱਗਾ ਕਿ ਉਹਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਉਹਨੂੰ ਮਾਰਨ ਮਤਲਬ ਜਿੱਦਾਂ ਦੀਆਂ ਵੀ ਗੱਲ ਉਹਨੇ ਕੀਤੀ ਔਰ ਗਾਲੀ ਗਲੋਚ ਵੀ ਥੱਲੇ ਲਿਖਿਆ ਜਾ ਰਿਹਾ। ਪਹਿਲਾਂ ਤਾਂ ਮੇਰੀ ਸਾਰੀ ਸੰਗਤ ਨੂੰ ਇਹ ਬੇਨਤੀ ਹੈ, ਜੇ ਇੱਕ ਬੱਚੇ ਨੇ ਜਾਂ ਇੱਕ ਲੜਕੀ ਨੇ ਜਾਣ ਬੁੱਝ ਕੇ ਜਾਂ ਅਬੋਧ ਅਵਸਥਾ ਦੇ ਵਿੱਚ ਇਹ ਹਰਕਤ ਕੀਤੀ ਹੈ, ਪਹਿਲੀ ਗੱਲ ਤਾਂ ਉਹਦੇ ਪਰਿਵਾਰ ਨੂੰ ਅਤੇ ਉਹਦੀ ਕੌਮ ਨੂੰ ਨਿੰਦਣਯੋਗ ਸ਼ਬਦ ਲਿਖਣੇ ਬੰਦ ਕਰ ਦਿਉ। ਇਹ ਬੇਨਤੀ ਹੈ ਕਿਉਂਕਿ ਕਾਰਨ ਹੈ ਕਿਤੇ ਮੈਜੋਰਿਟੀ ਹੈ ਕਿਤੇ ਮਿਨੋਰਿਟੀ ਹੈ। ਸਖਤੀ ਨਾਲ ਕਹਿ ਦਿੱਤਾ ਵੀ ਕੋਈ ਅਜਿਹੀ ਜਿਹੜੀ ਆ ਨਾ ਨਿੰਦਣਯੋਗ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ। ਹਾਂ ਦੇਖੋ ਦੇਖੋ ਮੈਂ ਗੁਰੂ ਮੈਂ ਕਿਉਂਕਿ ਕਾਰਨ ਆ ਕਿ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਬੜੀਆਂ ਗੱਲਾਂ ਐਸੀਆਂ ਲਿਖੀਆਂ ਗਈਆਂ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਬੜੀਆਂ ਉਹਦੇ 'ਚ ਬੜੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਆਪਣੀ। ਜੋਸ਼ੀ ਜੀ ਦੋ ਗੱਲਾਂ ਨੇ ਜੀ, ਮਤਲਬ ਤੁਸੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿੰਨਾ ਕੁ ਮੈਂ ਸਮਝ ਪਾ ਰਿਹਾ ਜਾਂ ਤੁਸੀਂ ਕਿਤੇ ਨਾ ਕਿਤੇ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਜੇ ਉਹ ਐਸੀ ਚੀਜ਼ ਕਰ ਗਈ ਤਾਂ ਜੇ ਉਹਨੇ ਮਾਫ਼ੀ ਮੰਗ ਲਈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਨਹੀਂ ਨਹੀਂ ਦੇਖੋ ਨਹੀਂ ਦੇਖੋ, ਜਾਂ ਕੇਸ ਦਰਜ ਕਰਾਉਣ ਦਾ ਮਤਲਬ ਇਹ ਹੈ ਕਿ ਕੋਈ ਅੱਗੇ ਤੋਂ ਪਤਾ ਲੱਗੇ ਕਿਸੇ ਹੋਰ ਵਿਅਕਤੀ ਨੂੰ ਕਿ ਨਹੀਂ ਐਸੀ ਕਾਰਵਾਈ ਹੋਏਗੀ, ਸਖਤੀ ਹੋਏਗੀ, ਤਾਂ ਘੱਟੋ ਘੱਟ ਬੰਦਾ ਉਸ ਚੀਜ਼ ਨੂੰ ਸਮਝੇ। ਉਸ ਵੈਸੇ ਤੇ ਫਰਜ਼ ਬਣਦਾ ਹਰ ਕਿਸੇ ਦਾ, ਪਰ ਕਈ ਵਾਰੀ ਕਾਨੂੰਨੀ ਡਰ ਵੀ ਜਿਹੜਾ ਹੁੰਦਾ ਉਹ ਬਹੁਤ ਕੁਝ ਕਰਵਾ। ਇੱਕ ਮੈਸੇਜ ਗਿਆ ਉਹਨਾਂ ਲੋਕਾਂ ਵਾਸਤੇ, ਦੋ ਚੀਜ਼ਾਂ ਨੇ, ਸੋ ਦੋਨਾਂ ਚੋਂ ਤੁਹਾਨੂੰ ਕੀ ਲੱਗਦਾ? ਦੇਖੋ ਇੱਕ ਮੈਸੇਜ ਗਿਆ ਵਾ ਪੂਰੀ ਦੁਨੀਆ ਦੇ ਵਿੱਚ ਵੀ ਧਾਰਮਿਕ ਸਥਾਨਾਂ ਦੀਆਂ ਆਸਥਾਵਾਂ ਦੇ ਉੱਤੇ ਆ ਕੇ ਤੁਸੀਂ ਆਪਣੀ ਆਸਥਾ ਦੇ ਨਾਲ ਸਿਰ ਨਵਾਓ। ਇਹ ਇਦਾਂ ਦੀਆਂ, ਮੈਂ ਤਾਂ ਕਿਹਾ ਨਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕੋਈ ਡਿਗਰੀ ਨਹੀਂ ਹੈਗੀ, ਹਿੰਦੁਸਤਾਨ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਤੇ ਤੁਹਾਨੂੰ ਰਿਫਿਊਜੀ ਕੇਸ ਦਿੰਦੇ ਨੇ ਉੱਥੇ। ਮਾਨਵਤਾ ਦੇ ਆਧਾਰ ਦੇ ਉੱਤੇ ਹਰ ਬੰਦੇ ਦਾ ਰਾਈਟ ਆ ਕਿ ਉਹਨੂੰ ਜੇ ਸੋਸ਼ਲ ਮੀਡੀਆ ਤੇ ਜਾਂ ਇਦਾਂ ਦੀ ਧਮਕੀਆਂ ਆਉਣ ਲੱਗ ਪਈਆਂ, ਖੁਦਾ ਨਾ ਖਾਸਤਾ ਜੇ ਉਸ ਲੜਕੀ ਨਾਲ ਕੋਈ ਹੋਰ ਸ਼ੈਤਾਨ ਬੰਦਾ ਗਲਤੀ ਨਾਲ ਇਦਾਂ ਦੀ ਹਰਕਤ ਕਰ ਜੇ ਤੇ ਉਹਦੇ ਵਾਸਤੇ ਅਸੀਂ SGPC ਨੂੰ ਜ਼ਿੰਮੇਵਾਰ ਨਹੀਂ ਕਵਾਂਗੇ, ਅਸੀਂ ਇੱਕ ਪਰਟੀਕੂਲਰ ਧਰਮ ਨੂੰ ਨਹੀਂ ਜ਼ਿੰਮੇਵਾਰ ਕਵਾਂਗੇ। ਹਾਂ ਲੇਕਿਨ ਇਹਦੇ ਵਿੱਚ ਇਹ ਵੀ ਆ, ਇਹ ਵੀ ਪਤਾ ਲੱਗਣਾ ਚਾਹੀਦਾ ਵਾ ਕਿ ਉਸ ਲੜਕੀ ਨੇ ਜਾਣ ਬੁੱਝ ਕੇ ਜਾਂ ਜਿਸ ਤਰ੍ਹਾਂ ਹੁਣ ਭਾਈ ਸਾਹਿਬ ਨੇ ਕੀਤੀ ਹੈ, ਭਾਈ ਸਿਆਲਕਾ ਸਾਹਿਬ ਨੇ ਗੱਲ ਕੀਤੀ ਆ ਕਿ ਉਹ ਕਿਸੇ ਦੇ ਕਹਿਣ ਦੇ ਕੀਤਾ ਉਹਨੇ, ਕਿਉਂਕਿ ਦੇਖੋ ਇਹ ਮਸਲਾ ਆਸਥਾ ਦਾ ਵਾ। ਇੱਥੇ ਅਸੀਂ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਲਤ ਕਹਿ ਸਕਦੇ ਹਾਂ, ਦੂਸਰੇ ਬੰਨੇ ਕੱਲੀ ਮਾਫ਼ੀ ਮੰਗ ਕੇ ਗੁਜ਼ਾਰਾ ਨਹੀਂ। ਠੀਕ ਹੈ ਜੇ ਬੱਚੇ ਨੇ ਅਬੋਧ ਅਵਸਥਾ ਦੇ ਵਿੱਚ ਲੜਕੀ ਨੇ ਇਹ ਹਰਕਤ ਕਰ ਦਿੱਤੀ ਹੈ, ਉਹਦੇ ਕੋਲ ਹੋ ਗਈ ਆ, ਤਾਂ ਉਹ ਵੀ ਸੱਚ ਸਾਹਮਣੇ ਆਉਣਾ। ਸ਼੍ਰੋਮਣੀ ਕਮੇਟੀ ਆ, ਅਕਾਲ ਤਖ਼ਤ ਸਾਹਿਬ ਆ, ਮਾਫ਼ੀਨਾਮਾ ਤਾਂ ਇੱਥੋਂ ਵੀ ਜਾਰੀ ਹੋ ਜਾਂਦਾ, ਇਹ 'ਚ ਕਿਹੜੀ ਗੱਲ ਆ? ਲੇਕਿਨ ਸੱਚ ਦਾ ਪਤਾ ਤਾਂ ਲੱਗਣਾ ਚਾਹੀਦਾ। ਪਰ ਫਿਰ ਵੀ ਮੈਂ ਗੱਲ ਕਹਿਣਾ ਚਾਹੁੰਦਾ ਵਾਂ, ਮੈਂ ਇੱਕ ਵਾਰੀ ਫਿਰ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਨੂੰ ਨਾ ਤਾਂ
ਇਸ ਤਰੀਕੇ ਸਰ ਜੋੜਿਆ ਜਾਵੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਸਰਵੋੱਚ ਸਥਾਨ ਰੱਖਦੀਆਂ ਨੇ ਸਿੱਖ ਕੌਮ ਦੇ ਵਿੱਚ, ਠੀਕ ਹੈ, ਜੋ ਇਹਨਾਂ ਨੇ ਕਰਨੀ ਕਾਰਵਾਈ ਉਹ ਤੁਸੀਂ ਗਾਲਾਂ ਕੱਢ ਕੇ ਜਾਂ ਨਿੰਦਣਯੋਗ ਸ਼ਬਦ ਲਿਖ ਕੇ ਤੁਸੀਂ ਕਿਤੇ ਮਾਇਨੋਰਟੀ ਮੈਜੋਰਟੀ ਦੀ ਇੱਦਾਂ ਦੀ ਗੱਲ ਨਾ ਕਰੋ, ਸ਼੍ਰੋਮਣੀ ਕਮੇਟੀ ਦੇ ਮਨ 'ਚ ਇੱਦਾਂ ਦੀ ਗੱਲ ਨਹੀਂ ਹੋਏਗੀ। ਦੇਖੋ ਮਾਫ਼ੀ ਤਾਂ ਹਰ ਕਿਸਾਨ ਨੂੰ ਦਿੰਦਾ ਅਕਾਲ ਤਖ਼ਤ ਸਾਹਿਬ, ਲੇਕਿਨ ਮੈਂ ਬੇਨਤੀ ਕਰਦਾ ਕਿ ਇੱਦਾਂ ਦੀ ਨਾ ਰੱਖਦਾ ਹੋਰ ਸ਼ਰਾਰਤੀ ਬੰਦਾ ਗਲਤ ਕਰਦਾ। ਮੈਂ ਸਿਆਲਕਾ ਸਾਹਿਬ ਤੋਂ ਇੱਕ ਕਮੈਂਟ ਲੈਣਾ, ਸਿਆਲਕਾ ਸਾਹਿਬ ਤੁਸੀਂ ਐਗਰੀ ਕਰਦੇ ਹੋ ਇਸ ਚੀਜ਼ ਨਾਲ? ਬਰਾੜ ਸਾਹਿਬ, ਬੜੀ ਕੈਲਕੂਲੇਟਡ ਮੂਵ ਚੱਲ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਵਾਸਤੇ। ਉਹਦੇ ਵਿੱਚ ਪਹਿਲਾਂ ਵੀ ਜਿਹੜਾ ਨਾ, ਵੇਖੋ ਕੋਈ ਉੱਥੇ ਚਾਹੁੰਦਾ ਨਹੀਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ, ਨਾ ਸਾਡੇ ਸੇਵਾਦਾਰ ਹੀ ਚਾਹੁੰਦੇ ਨੇ। ਜੇ ਵਾਪਰਦੀ ਆ, ਜਦੋਂ ਉਹ ਘਟਨਾ ਵਾਪਰੀ ਜਿਹੜੀ, ਜਦੋਂ ਸੱਜਣ ਕੁਮਾਰ ਵਾਲੀ ਉਹਨੇ ਟੀ ਸ਼ਰਟ ਪਾਈ, ਤੇ ਉਦੋਂ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਕਿਸੇ ਕਾਰਨ ਤੋਂ ਨਿਸ਼ਾਨੇ ਤੇ ਲਿਆ ਗਿਆ। ਇਹਦੇ ਤੋਂ ਬਾਅਦ ਤੁਸੀਂ ਇਸ ਘਟਨਾ ਦੇ ਹੇਠਾਂ ਕਮੈਂਟ ਵੇਖੋ ਵੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਇੰਨੇ ਕਮੈਂਟ ਆਏ ਨੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਕੋਈ ਸੰਸਥਾ ਪ੍ਰਬੰਧ ਕਰਨ ਵਾਲੀ ਨਾ ਹੋਵੇ। ਸਿਆਲਕਾ ਸਾਹਿਬ, ਮੈਂ ਤੁਹਾਨੂੰ ਵਿੱਚ ਗੱਲ ਟੋਕ ਰਿਹਾ ਕਿ ਥੋੜਾ ਜਿਹਾ ਜਿਹੜੇ ਸੇਵਾਦਾਰ ਉੱਥੇ ਬਹੁਤ ਅਲਰਟ ਨੇ, ਮੈਂ ਖੁਦ ਦੇਖਿਆ ਜਦੋਂ ਅਸੀਂ ਕਦੇ ਜਾਂਦੇ ਹਾਂ ਸਾਡੇ ਸਾਹਮਣੇ ਵੀ ਜੇ ਕੋਈ ਬੰਦਾ ਕੋਈ ਹਲਕਾ ਜਿਹਾ ਪੋਜ਼ ਦੇ ਕੇ ਵੀ ਫੋਟੋ ਕਰਾਉਣ ਲੱਗੇ ਤਾਂ ਸੇਵਾਦਾਰ ਨੂੰ ਤੁਰੰਤ ਰੋਕ ਦਿੰਦੇ ਆ ਕਿ ਤੁਸੀਂ ਹੱਥ ਜੋੜ ਕੇ ਫੋਟੋ ਕਰਾ ਸਕਦੇ ਹੋ, ਕੋਈ ਰੋਕ ਨਹੀਂ ਹੈ। ਪਰ ਇਹ ਕੋਈ ਪਿਕਨਿਕ ਸਪੋਟ ਨਹੀਂ ਹੈ, ਇਹ ਗੁਰੂ ਘਰ ਹੈ, ਇਸ ਕਰਕੇ ਤੁਹਾਡਾ ਜਿਹੜਾ ਹੈ ਬਾਡੀ ਸਟਰਕਚਰ ਜਾਂ ਬਾਡੀ ਲੈਂਗੁਏਜ ਬਦਲਣੀ ਨਹੀਂ ਚਾਹੀਦੀ। ਐਸੇ ਵਿੱਚ ਇੱਕ ਲੜਕੀ ਆਉਂਦੀ ਹੈ ਔਰ ਯੋਗਾ ਕਰਕੇ ਚਲੀ ਜਾਂਦੀ, ਕਿਸੇ ਨੂੰ ਪਤਾ ਨਹੀਂ ਚੱਲਿਆ, ਵੇਖੋ ਉਹਦੇ ਸੰਬੰਧ ਉਹਨੂੰ ਮੌਕੇ ਤੇ ਰੋਕਿਆ ਜਾ ਸਕਦਾ ਸੀ, ਸਮਝਾਇਆ ਜਾ ਸਕਦਾ ਸੀ। ਉਸੇ ਵੇਲੇ ਜਿਹੜੀਆਂ ਜੀ ਸੀਸੀਟੀਵੀ ਕੈਮਰੇ ਲੱਗੇ ਨੇ ਜੀ, ਸੀਸੀਟੀਵੀ ਕੈਮਰਿਆਂ ਤੋਂ ਵੇਖ ਕੇ ਵੀ ਉਸ ਵੇਲੇ ਉਸ ਜਿਹੜੇ ਡਿਊਟੀ ਦੇ ਬੰਦੇ ਕੌਣ ਸਨ ਜਿਨ੍ਹਾਂ ਦੀ ਉੱਥੇ ਡਿਊਟੀ ਸੀ ਉਹਨੂੰ ਰੋਕਣ ਦੀ, ਉਹ ਉਸੇ ਵੇਲੇ ਚੈੱਕ ਕਰਕੇ ਤੇ ਨਾਲ ਦੀ ਨਾਲ ਹੀ ਜੀ ਉਹ ਬੰਦੇ ਜਿਹੜੇ ਆ ਉਹ ਮੁਅੱਤਲ ਕਰ ਦਿੱਤੇ। ਹੁਣ ਇਹਦੇ ਤੋਂ ਅਗਲੀ ਨੈਕਸਟ ਜਿਹੜੀ ਆ ਇੱਥੋਂ ਤੱਕ ਸਾਡਾ ਪ੍ਰੈਰੋਗੇਟਿਵ ਆ ਜੀ, ਇਹਦੇ ਪਿੱਛੇ ਕੋਈ ਕੰਸਪੀਰੇਸੀ ਆ ਕੁਝ ਆ ਕੁਝ ਨਹੀਂ ਉਹ ਜਿਹੜਾ ਉਹ ਸਰਕਾਰ ਕਰ ਸਕਦੀ ਆ, ਠੀਕ ਹੈ, ਵੀ ਇਹ ਲੜਕੀ ਸਪੈਸ਼ਲੀ ਉਸ ਟਾਈਮ ਤੇ ਕਿਉਂ ਆਈ, ਅੱਗੋਂ ਪਿੱਛੋਂ ਕਿਉਂ ਨਹੀਂ ਆਈ, ਤੇ ਆਣ ਕੇ ਉਸ ਦਿਨ ਹੀ ਕਿਉਂਕਿ ਸੀਐਮ ਦੀ ਚਾਟਸ਼ਾਲਾ ਯੋਗਸ਼ਾਲਾ ਅਟਾਰੀ ਤੋਂ ਲੈ ਕੇ ਚੰਡੀਗੜ੍ਹ ਤੱਕ ਚੱਲੀ ਜਾਣ ਡਈ ਆ ਜੀ, ਉਸ ਦਿਨ ਥਾਂ ਥਾਂ ਯੋਗਾ ਕੈਂਪ ਲੱਗੇ ਨੇ, ਮਤਲਬ ਇੱਥੇ ਹੀ ਆਣ ਕੇ ਕਿਉਂ ਕੀਤਾ, ਠੀਕ ਹੈ, ਐਡੀ ਦੂਰੋਂ ਚੱਲ ਕੇ ਆਉਣਾ ਆਪਣੇ ਆਪ 'ਚ ਇੱਕ ਮੈਸੇਜ ਤੇ ਕਨਵੇ ਹੁੰਦਾ ਹੀ ਆ ਨਾ, ਤੇ ਉਹਦੇ ਤੋਂ ਬਾਅਦ ਇਸ ਚੀਜ਼ ਦੇ ਉੱਤੇ SGPC ਨੂੰ ਨਿਸ਼ਾਨੇ ਤੇ ਲੈ ਜਾਣਾ, ਠੀਕ ਹੈ, ਵੱਖ ਵੱਖ ਜਿਹੜੇ ਚੈਨਲਾਂ ਵੱਲੋਂ ਜਾਂ ਹੇਠਾਂ ਕਮੈਂਟ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਉਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ SGPC ਨੂੰ ਡੈਮੇਜ ਕੀਤਾ ਜਾ ਰਿਹਾ, ਤੇ ਇਹ ਜਿਹੜੀ ਆ ਇਹ ਉਹ ਕੜੀ ਦਾ ਇੱਕ ਹਿੱਸਾ। ਚਲੋ ਅਸਲ ਦੇ ਵਿੱਚ ਜਦੋਂ ਕੋਈ ਐਸਾ ਇਸ਼ੂ ਹੁੰਦਾ ਨਾ ਸਿਆਲਕਾ ਸਾਹਿਬ, ਤਾਂ ਉਸਦਾ ਹਰ ਐਂਗਲ ਟੱਚ ਕਰਨਾ ਬੜਾ ਜ਼ਰੂਰੀ ਹੈ, ਹਰ ਐਂਗਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਹੁਣੇ ਜੋਸ਼ੀ ਜੀ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਗੱਲ ਕਰ ਰਹੇ ਸੀ, ਇਹਨਾਂ ਨੇ ਕਿਹਾ ਕਿ ਇਹ ਕੋਈ ਡਿਗਰੀ ਨਹੀਂ ਹੈ, ਪਰ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੇ ਨੇ ਉਹਨਾਂ ਦੀ ਸੋਚ ਕੀ ਹੈ, ਕੀ ਕਰਦੇ ਨੇ? ਜੋ ਲੜਕੀ ਕਹਿ ਰਹੀ ਹੈ ਕਿ ਮੇਰਾ ਉਹ ਇੱਕ ਸਟਾਈਲ ਹੈ ਔਰ ਮੈਂ ਹਰ ਜਗ੍ਹਾ 'ਤੇ ਜਾ ਕੇ ਕਰਦੀ ਹਾਂ, ਇੱਥੇ ਵੀ ਕਰ ਗਈ, ਬੇਸ਼ੱਕ ਅਣਜਾਣੇ ਦੇ ਵਿੱਚ ਜਾਂ ਡੈਲੀਬਰੇਟਲੀ ਇਹਦੇ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮੈਂ ਜੋਸ਼ੀ ਸਾਹਿਬ ਦੇ ਉੱਤੇ ਮੇਰਾ ਆ ਰਿਹਾ ਤੇ ਮੇਰੇ ਉੱਪਰ ਜੋਸ਼ੀ ਸਾਹਿਬ ਦਾ ਆ ਰਿਹਾ ਜੀ, ਮੈਂ ਚੇਂਜ ਕਰਵਾ ਦੇ, ਉਹ ਸਾਡੀ ਟੀਮ ਕਰ ਦੇਗੀ, ਉਹ ਕਈ ਵਾਰੀ
ਟੈਕਨੀਕਲ ਹੋ ਜਾਂਦਾ ਇੱਧਰ ਉੱਧਰ ਕਰਵਾ ਦਿੰਦੇ ਹਾਂ। ਸਾਡੇ ਨਾਲ ਮਨਦੀਪ ਕੌਰ ਜੁੜੇ ਨੇ, ਇਹ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ। ਮਨਦੀਪ, ਤੁਸੀਂ ਪੂਰੇ ਕੇਸ ਬਾਰੇ ਤਾਂ ਅਵੇਅਰ ਹੋਵੋਗੇ, ਜੋ ਤੁਸੀਂ ਦੇਖਿਆ ਜੋ ਤਸਵੀਰ ਆਈ ਹੈ, ਜਿਹੜੀ ਲੜਕੀ ਅਰਚਨਾ ਹੈ, ਬਾਅਦ ਦੇ ਵਿੱਚ ਉਸਨੇ ਮਾਫ਼ੀ ਮੰਗੀ ਆਪਣਾ ਇੱਕ ਵੀਡੀਓ ਪੋਸਟ ਕਰਕੇ, ਐਸ ਜੀ ਪੀ ਸੀ ਨੇ ਕੇਸ ਦਰਜ ਕਰਵਾ ਦਿੱਤਾ। ਤੁਸੀਂ ਐਜ਼ ਏ ਸੋਸ਼ਲ ਮੀਡੀਆ ਇਨਫਲੂਐਂਸਰ ਕੀ ਇਸ ਐਕਟ ਨੂੰ ਠੀਕ ਸਮਝਦੇ ਹੋ, ਕਿ ਤੁਸੀਂ ਕਿਸੇ ਜਗ੍ਹਾ 'ਤੇ ਜਾਂਦੇ ਹੋ, ਜੇ ਵਾਕਿਆ ਹੀ ਤੁਸੀਂ ਸੋਸ਼ਲ ਮੀਡੀਆ 'ਤੇ ਇੰਨੇ ਜ਼ਿਆਦਾ ਇਨਫਲੂਐਂਸਰ ਹੋ ਜਾਂ ਤੁਹਾਡੇ ਇੰਨੇ ਫੋਲੋਅਰਸ ਨੇ, ਤਾਂ ਕੀ ਤੁਸੀਂ ਸਮਝਦੇ ਹੋ ਕਿ ਤੁਹਾਡੀ ਓਨੀ ਹੀ ਜ਼ਿੰਮੇਦਾਰੀ ਵੀ ਵੱਧ ਬਣ ਜਾਂਦੀ ਹੈ ਕਿ ਤੁਸੀਂ ਕਿਸੇ ਗਲਤ ਚੀਜ਼ ਨੂੰ ਉਸ 'ਤੇ ਪੋਸਟ ਨਾ ਕਰੋ ਜਿਹਦੇ ਨਾਲ ਕੱਲ੍ਹ ਨੂੰ ਇਤਰਾਜ਼ ਉੱਠੇ ਔਰ ਉਹੀ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ? ਦੇਖੋ, ਸੋਸ਼ਲ ਮੀਡੀਆ ਇੱਕ ਪਲੈਟਫਾਰਮ ਹੈ ਜੀ, ਸਾਨੂੰ ਪਤਾ ਹੈ ਕਿ ਆਪਾਂ ਜੇ ਕੁਛ 1% ਵੀ ਇਹੋ ਜਿਹਾ ਕੀਤਾ, ਈਵਨ ਜੇ ਮੈਂ ਕੋਈ ਆਪਣੀ ਇਹੋ ਜਿਹੀ ਫੋਟੋ ਪਾ ਰਹੀ ਹਾਂ, ਮੇਰੇ ਦਿਮਾਗ 'ਚ 99% ਇਹ ਅਵੇਅਰਨੈਸ ਰਹੂਗੀ ਕਿ ਇਹ ਲੋਕ ਦੇਖਣਗੇ, ਇਹ ਮੁੱਦਾ ਬਣੇਗਾ, ਇਹ ਕਿਸੇ ਵੀ ਤਰੀਕੇ ਨਾਲ ਕੰਟਰੋਵਰਸ਼ਲ ਰਹੇਗਾ, ਜਿਹਨੂੰ ਕਹਿੰਦੇ ਨੇ ਇੱਕ ਵਰਡ ਕੰਟਰੋਵਰਸ਼ਲ। ਤੇ ਇਹ ਹੁਣ ਜਿਵੇਂ ਆਪਾਂ ਹੁਣ ਰਿਲੀਜਨ ਦੀ ਗੱਲ ਕਰ ਰਹੇ ਹਾਂ, ਆਪਾਂ ਮਤਲਬ ਇਟਸ ਫੋਰ ਫੇਮ, ਮਤਲਬ ਫੇਮ ਲੈਣ ਦੇ ਲਈ ਤੁਸੀਂ ਕੰਟਰੋਵਰਸੀ ਲੱਭਦੇ ਹੋ, ਇਹ ਕਹਿਣਾ ਚਾਹ ਰਹੇ ਹੋ? ਦੇਖੋ, ਚਾਹੇ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈ, ਜਦੋਂ ਬੰਦਾ ਪੋਜ਼ਿਟਿਵ ਨਹੀਂ ਚੱਲ ਰਿਹਾ ਹੁੰਦਾ ਤੇ ਉਹ ਨੈਗੇਟਿਵ ਵੱਲ ਜਾਣ ਦੀ ਕੋਸ਼ਿਸ਼ ਕਰਦਾ। ਤੇ ਮਤਲਬ ਮੇਰਾ ਓਪੀਨੀਅਨ ਇਹ ਹੈ ਕਿ ਇੱਕ ਪਬਲਿਸਿਟੀ ਸਟੰਟ ਕਹਿ ਸਕਦੇ ਹਾਂ, ਕਿਉਂਕਿ ਬਹੁਤ ਇਹੋ ਜਿਹੇ, ਮਤਲਬ ਜਿਵੇਂ ਕਹਿੰਦੇ ਨਾ, 100 ਵਿੱਚੋਂ 10% ਇਹੋ ਜਿਹੇ ਲੋਕ ਹੈ ਜਿਹੜਾ ਨੈਗੇਟਿਵਿਟੀ ਫੈਲਾ ਕੇ ਉਸ ਚੀਜ਼ ਨੂੰ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਕਿ ਜੇ ਆਪਾਂ ਇੱਦਾਂ ਨਹੀਂ, ਠੀਕ ਹੈ ਉਹ ਕੁੜੀ ਨੇ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ, ਜੇ ਉਹ ਇੰਨੀ ਦੂਰ ਆਈ ਹੈ ਉਹ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਕਰ ਸਕਦੀ ਸੀ, ਬਟ ਉਹਨੇ ਦਰਬਾਰ ਸਾਹਿਬ ਜਾ ਕੇ ਉਹਨੇ ਬੇਅਦਬੀ ਕੀਤੀ ਹੈ। ਇੱਕ ਤਾਂ ਉਹ ਪਿੱਠ ਕਰਕੇ ਬੈਠੀ ਹੈ, ਸਭ ਤੋਂ ਵੱਡੀ ਗੱਲ ਹੈ, ਜੇ ਆਪਾਂ ਰਿਲੀਜਨ ਦੀ ਗੱਲ ਕਰੀਏ, ਕਿਉਂਕਿ ਰਿਲੀਜਨ ਇੱਕ ਇਹੋ ਜਿਹੀ ਚੀਜ਼ ਹੈ ਨਾ, ਹਰ ਕਿਸੇ ਆਪਣੇ ਦੇਸ਼ 'ਚ ਇੰਨੀ ਰਿਲੀਜਨ, ਮਤਲਬ ਲਾਈਕ ਮਤਲਬ ਤੁਸੀਂ ਆਪ ਆਪਣੇ ਰਿਲੀਜਨ ਨੂੰ ਡੀਪਲੀ ਨਹੀਂ ਜਾਣ ਸਕਦੇ, ਉਹ ਇੰਨਾ ਪਿਓਰ ਹੈ, ਇੰਨਾ ਵਾਸਟ ਹੈ। ਈਵਨ ਆਈ ਕਮ ਫਰੋਮ ਪੰਜਾਬੀ ਕਮਿਊਨਿਟੀ, ਮੈਂ ਮਨਦੀਪ ਕੌਰ, ਹੈ ਨਾ, ਸਾਨੂੰ ਪਤਾ ਆਪਾਂ ਇੰਨੇ ਪਿਓਰ ਰਿਲੀਜਨ 'ਚ ਆਪਾਂ ਨਹੀਂ, ਹੈ ਨਾ, ਰਹਿ ਸਕਦੇ। ਤੇ ਸਾਨੂੰ ਸੋ ਤੁਸੀਂ ਉਸ ਮਾਨਸਿਕਤਾ ਦੇ ਨਾਲ ਗੱਲ ਕਰ ਰਹੇ ਹੋ ਕਿ ਜਿਹਨਾਂ ਦੀ ਐਸੀ ਮਾਨਸਿਕਤਾ ਹੈ, ਇਹ ਡੈਲੀਬਰੇਟਲੀ ਐਸੇ ਐਕਟ ਕੀਤੇ ਜਾਂਦੇ ਆ ਜਾਣਬੁੱਝ ਕੇ? ਦੇਖੋ, ਜਿਵੇਂ ਹੁਣ ਕੁੜੀ ਦੀ ਉਮਰ ਕਹਿ ਸਕਦੇ ਆ, ਹਰ ਕੋਈ ਇੰਨਾ ਜ਼ਿਆਦਾ ਐਨਲਾਈਟਨ ਨਹੀਂ ਹੈ, ਉਹਦੀ ਅਵੇਅਰਨੈਸ ਇੰਨੀ ਨਹੀਂ ਹੈ, ਜਿਵੇਂ ਕਹਿੰਦੇ ਨਾ, ਗਿਆਨ ਮਤ ਰਹਿੰਦੀ ਹੈ, ਕਈ ਲੋਕ ਮੈਚਿਓਰ ਜਲਦੀ ਹੋ ਜਾਂਦੇ ਆ, ਕਈ ਨਹੀਂ ਹੁੰਦੇ, ਇਮੈਚਿਓਰਿਟੀ ਕਹਿ ਸਕਦੇ ਆ, ਠੀਕ ਹੈ, ਆਪਣੇ ਵੱਲੋਂ ਉਹਦੀ ਇੰਟੈਂਸ਼ਨ ਵਧੀਆ ਰਹੀ ਹੋਊਗੀ ਕਿ ਮੈਂ ਇਹ ਚੀਜ਼ ਕਰਾਂ ਦਰਬਾਰ ਸਾਹਿਬ ਜਾ ਕੇ ਗੁਰੂ ਘਰ ਜਾ ਕੇ। ਤੇ ਰਿਲੀਜਨ ਉਹ ਕੁੜੀ ਦਾ, ਲਾਈਕ ਜਿਵੇਂ ਕਹਿੰਦੇ ਉਹ ਹਿੰਦੂ ਹੈ, ਤੇ ਉਹਨੂੰ ਨਹੀਂ ਪਤਾ ਉਸ ਚੀਜ਼ ਬਾਰੇ ਕਿ ਆਪਣੇ ਸਿੱਖਾਂ 'ਚ ਕਿੰਨੇ ਡਿਫਰੈਂਟ ਰਹਿੰਦਾ। ਜੇ ਤੁਹਾਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ, ਉਹ ਨਾ ਕਰੋ, ਮਤਲਬ ਸਾਨੂੰ ਸਕੂਲ ਟਾਈਮ ਕਾਲਜ ਦੇ ਮੈਂ ਪੜਾਇਆ। ਤੁਸੀਂ ਕਾਨੂੰਨੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਜੋ ਪਰਚਾ ਦਰਜ ਕੀਤਾ ਗਿਆ ਜ਼ਰੂਰੀ ਸੀ ਉਸ ਨੂੰ ਬੁੱਕ ਕੀਤੇ ਜਾਣਾ ਇਸ 'ਚ, ਤਾਂ ਕਿ ਬਾਕੀਆਂ ਨੂੰ ਅਹਿਸਾਸ ਹੋਵੇ ਕਿ ਇਹ ਗਲਤ ਹੈ, ਅੱਗੇ ਤੋਂ ਨਹੀਂ ਕਰਨਾ ਚਾਹੀਦਾ, ਜਾਂ ਫਿਰ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਜੇ ਅਣਜਾਣੇ 'ਚ ਕੀਤਾ ਤਾਂ ਮਾਫ਼ ਕਰ ਦੇਣਾ ਚਾਹੀਦਾ? ਦੇਖੋ, ਅਣਜਾਣੇ 'ਚ ਕੀਤਾ ਚਾਹੇ ਜਾਣ ਬੁੱਝ ਕੇ ਕੀਤਾ, ਇਹ ਲੀਗਲ ਇਸ਼ੂ ਬਣਨਾ ਚਾਹੀਦਾ, ਬਿਕੋਜ਼ ਅੱਜ ਜੇ ਨਹੀਂ ਕਿਸੇ ਨੇ ਕੁਛ ਕੀਤਾ ਤੇ ਕੱਲ ਹੋਰ ਲੋਕ ਆਣਗੇ, ਹੋਰ ਯੂ ਨੋ, ਇਨਫਲੂਐਂਸ ਦਾ ਮਤਲਬ ਕੀ ਹੈ ਕਿ ਤੁਸੀਂ 10 ਲੋਕਾਂ ਨੂੰ ਹੋਰ ਇਨਫਲੂਐਂਸ ਕਰੋਗੇ, ਤੁਸੀਂ ਇੱਕ ਐਗਜ਼ਾਮਪਲ ਬਣ ਰਹੇ ਹੋ। ਇਨਫਲੂਐਂਸ ਦਾ ਮਤਲਬ ਇਹ ਹੀ ਹੈ, ਸੋਸ਼ਲ ਇਨਫਲੂਐਂਸਰ, ਮਤਲਬ ਸੋਸ਼ਲ ਮੀਡੀਆ ਤੇ ਤੁਸੀਂ ਕੁਛ ਇਹੋ ਜਿਹੀ ਚੀਜ਼ ਕਰ ਰਹੇ ਹੋ ਜਿਹੜੀ ਬਾਕੀਆਂ ਨੂੰ ਇਨਫਲੂਐਂਸ ਕਰੂਗੀ, ਜਿਵੇਂ ਮੈਂ ਜਿਮ ਜਾਵਾਂਗੀ ਤੇ 10 ਲੋਕ ਹੋਰ ਜਾਣਗੇ, ਜੇ ਤੁਸੀਂ ਇਹ ਚੀਜ਼ ਕਰ ਰਹੇ ਹੋ 10 ਲੋਕ ਹੋਰ ਕਰਨਗੇ, ਤਾਂ ਇਟਸ ਬੈਟਰ ਹੈ ਕਿ ਉਹਦਾ ਇੱਕ ਬਣਨਾ ਚਾਹੀਦਾ ਐਗਜ਼ਾਮਪਲ ਕਿ ਉਹਨਾਂ ਨੇ ਇਹ ਚੀਜ਼ ਕੀਤੀ, ਉਹਦਾ ਹੱਲ ਇਹ ਕੀਤਾ ਸੀਗਾ, ਹੁਣ ਇਹ ਚੀਜ਼ ਦੁਹਰਾਈ ਨਹੀਂ ਜਾਏਗੀ। ਜੋਸ਼ੀ ਸਾਹਿਬ,
ਮੈਨੂੰ ਨਾ ਇੱਕ ਗੱਲ ਯਾਦ ਆ ਗਈ ਕਿ ਨਾ ਕਰੂੰ ਅਬ ਕੀ ਨਾ ਕਰੂੰ ਬਾਤ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸੁਨਤ ਹੋਤੀ ਸਭ ਕੀ। ਉਸ ਟਾਈਮ ਇਸ ਧਰਮ ਦੀ ਸਿਰਜਣਾ ਕੀਤੀ ਗਈ। ਉਸ ਤੋਂ ਬਾਅਦ ਇੱਕ ਹੁਣ ਪਿੱਛੇ ਜੀ ਇੱਕ ਐਸਾ ਸਮਾਂ ਆਇਆ ਸੀਗਾ ਕਿ ਗੁਰੂ ਮਹਾਰਾਜ ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰਦੁਆਰੇ 'ਚ ਮੁਸਲਮਾਨਾਂ ਨੇ ਨਮਾਜ਼ ਵੀ ਪੜ੍ਹੀ ਹੈ। ਕੁਛ ਦੰਤ ਕਥਾਵਾਂ ਨੇ, ਉਹ ਬੱਚਿਆਂ ਨੂੰ ਦੰਤ ਕਥਾਵਾਂ ਦਾ ਪੂਰਾ ਪਤਾ ਨਹੀਂ ਚੱਲਦਾ। ਫੋਰ ਐਗਜ਼ਾਮਪਲ, ਅਸੀਂ ਜੇ ਗੁਰੂ ਨਾਨਕ ਦੇਵ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਉਹ ਕਾਬਾ ਗਏ ਸੀ ਅਤੇ ਉਹਨਾਂ ਦੇ ਪੈਰਾਂ ਦੀ ਗੱਲ ਹੁੰਦੀ ਸੀ ਵੀ ਜਿੱਧਰ ਲੱਭਣੇ ਘੁਮਾ ਦਿਉ ਉੱਧਰ ਗੁਰੂ ਮਹਾਰਾਜ ਦੇ ਦੀਦਾਰ ਹੁੰਦੇ ਸੀ ਵੀ ਸਾਰੇ ਪਾਸੇ। ਮੈਂ ਇੱਥੇ ਕਹਿਣਾ ਚਾਹ ਰਿਹਾ ਵਾਂ, ਦੇਖੋ ਇੱਕ ਚੀਜ਼ ਵਾਇਰਲ ਹੋ ਗਈ, ਵਾਇਰਲ ਹੋ ਗਈ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਹੀ ਫੈਸਲਾ ਲਿਆ, ਆਪਣੇ ਸੇਵਾਦਾਰਾਂ ਨੂੰ ਮੁਅੱਤਲ ਕੀਤਾ। ਹੁਣ ਉਹਦੇ ਵਿੱਚ ਇਹ ਚੀਜ਼ ਵੀ ਨਜ਼ਰ ਆਉਣੀ ਚਾਹੀਦੀ ਹੈ ਕਿ ਉਹ ਲੜਕੀ ਨੇ ਇਕੱਲੀ ਉੱਥੇ ਫੋਟੋ ਖਿਚਾਈ ਹੈ ਕਿ ਉਹਨੇ ਯੋਗਾ ਕੀਤਾ। ਇਹ ਚੀਜ਼ ਬੜੀ ਮੈਟਰ ਕਰਦੀ ਆ, ਕਿਉਂਕਿ ਜੇ ਯੋਗਾ ਕਰਨਾ ਵਾ, ਯੋਗਾ ਇੱਕ ਸਮਾਧੀ ਆ, ਤਾਂ ਉਹਨੂੰ ਕਿੰਨਾ ਸਮਾਂ ਦਿੱਤਾ ਉਹਨੇ ਉੱਥੇ? ਜੇ ਉਹਨੂੰ ਸਮਾਂ ਦਿੱਤਾ ਉੱਥੇ ਕਿ ਉਹਨੇ ਸਿਰਫ ਫੋਟੋ ਖਿਚਾਉਣ ਵਾਸਤੇ ਇੱਕ ਐਂਗਲ ਆਇਆ, ਕਿਉਂਕਿ ਯੋਗਾ ਹੋਰ ਵੀ ਕਿਤੇ ਕੀਤਾ ਜਾ ਸਕਦਾ ਵਾ, ਜ਼ਰੂਰੀ ਨਹੀਂ ਦੁਰਗਿਆਨਾ ਮੰਦਰ ਜਾਂ ਕਿਸੇ ਗੁਰਦੁਆਰੇ ਕਿਤੇ ਕੀਤਾ ਜਾਵੇ, ਬਾਹਰ ਥਾਵਾਂ ਬਥੇਰੀਆਂ ਨੇ, ਹੋਰ ਥਾਵਾਂ ਨੇ, ਇੱਕ ਜਗ੍ਹਾ ਹੁੰਦੀ ਆ, ਉਹ ਇੱਕ ਮੱਥਾ ਟੇਕਣ ਵਾਲੀ ਇੱਕ ਆਸਥਾ ਦੀ ਥਾਂ ਵਾ। ਇੱਕ ਤਾਂ ਇਹ ਚੀਜ਼ ਉੱਤੇ ਬੜਾ ਪੜਚੋਲ ਕੀਤਾ ਜਾਵੇ, ਦੂਸਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮਨਾਮਾ ਜਾਰੀ ਹੋਣਾ ਵਾ ਉਹ ਸਰਬੱਤ ਦੇ ਭਲੇ ਵਾਸਤੇ ਜਾਰੀ ਹੋਣਾ ਚਾਹੀਦਾ। ਮੰਨ ਲਓ ਅੱਜ ਜੋ ਬੱਚੀ ਡਰ ਗਈ ਹੈ ਜਾਂ ਉਹਦੇ ਸੋਸ਼ਲ ਮੀਡੀਆ 'ਤੇ, ਕਿਉਂਕਿ ਇਹ ਇੱਕ ਆਸਥਾ ਦਾ ਵਿਸ਼ਾ ਵਾ। ਬਿਲਕੁਲ ਸਹੀ ਗੱਲ ਕੀਤੀ ਹੈ ਸਿਆਲਕਾ ਸਾਹਿਬ ਨੇ ਕਿ ਕੁਛ ਟਾਈਮ ਤੋਂ ਖਾਸ ਤੌਰ 'ਤੇ ਅਸੀਂ ਜੇ ਸਿਰਫ ਆਪਣੀ, ਕਿਉਂਕਿ ਮੈਨੂੰ ਧਾਰਮਿਕ ਦੇ ਨਾਲ ਨਾਲ ਇੱਕ ਮੇਰੀ ਵੀ ਆਸਥਾ ਵਾ ਸਿੱਖ ਧਰਮ ਦੇ ਵਿੱਚ, ਲੇਕਿਨ ਅਸੀਂ ਪਿਛਲੇ 10 ਸਾਲਾਂ ਤੋਂ ਜੋ ਦੇਖਦੇ ਆ ਰਹੇ ਹਾਂ ਨਾ, ਬੇਅਦਬੀਆਂ ਹੋ ਰਹੀਆਂ ਨੇ, ਬੇਅਦਬੀਆਂ ਦੇ ਨਾਲ ਨਾਲ ਇੱਦਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਕਿ ਇੱਕ ਤਰ੍ਹਾਂ ਦਾ ਬੜਾ ਮਾਹੌਲ ਵੱਖਰਾ ਜਿਹਾ ਬਣ ਗਿਆ। ਪਰ ਮੈਂ ਇੱਥੇ ਇਹ ਵੀ ਗੱਲ ਕਹਿੰਦਾ ਵਾਂ ਕਿ ਪਹਿਲਾਂ ਤਾਂ ਮੈਂ ਇਹ ਵੀ ਇੱਕ ਮਾੜੀ ਜਿਹੀ ਗੱਲ ਦੀ ਪੜਚੋਲ ਹੋਣੀ ਚਾਹੀਦੀ ਹੈ। ਚਲੋ ਗੁਰੂ ਮਹਾਰਾਜ ਦਾ ਨਾਂ ਲਿਆ, ਗੁਰਦੁਆਰੇ 'ਚ ਬਹਿ ਕੇ ਨਮਾਜ਼ ਪੜ੍ਹੀ ਗਈ, ਬਹੁਤ ਵਧੀਆ ਗੱਲ ਆ। ਜੇ ਸਿੱਖ ਕੌਮ, ਸਿੱਖ ਧਰਮ, ਅਕਾਲ ਤਖ਼ਤ ਸਾਹਿਬ ਉਸ ਚੀਜ਼ ਦੀ ਇਜਾਜ਼ਤ ਦਿੰਦਾ ਵਾ, ਤਾਂ ਇਸ ਚੀਜ਼ ਦੀ ਪੜਤਾਲ ਕੀਤੀ ਜਾਵੇ ਜ਼ਰੂਰ ਕਿ ਉਹ ਇੱਕ ਸਟੰਟ ਸੀਗਾ ਜਾਂ ਇੱਕ, ਕਿਉਂਕਿ ਯੋਗਾ ਦਾ ਮਤਲਬ ਸਮਾਧੀ ਹੈ। ਉਹ ਕੋਈ ਵੀ ਇਨਸਾਨ ਜਦੋਂ ਬੈਠਦਾ ਵਾ, ਕਿਉਂਕਿ ਦੇਖੋ ਮੰਦਰਾਂ ਦੇ ਵਿੱਚ ਕੀ ਹੁੰਦਾ ਵਾ, ਅਮੂਮਨ ਅਸੀਂ ਲੋਕ ਜਾਂਦੇ ਹਾਂ, ਲੇਕਿਨ ਉੱਥੇ ਵੀ ਯੋਗਾ ਦਾ ਸਟੰਟ ਨਹੀਂ ਕੀਤਾ ਜਾਂਦਾ, ਲੇਕਿਨ ਬੈਠ ਕੇ ਸਮਾਧੀ ਨਹੀਂ ਜਾਂਦੀ। ਸਿਆਲਕਾ ਸਾਹਿਬ ਇਸ ਤੇ ਬਿਹਤਰ ਦੱਸ ਸਕਣ, ਹਾਂ ਸਿਆਲਕਾ ਸਾਹਿਬ ਨੂੰ ਜ਼ਰੂਰ, ਔਰ ਮੈਸੇਜ ਦਿਓ ਸਿਆਲਕਾ ਸਾਹਿਬ, ਮੈਸੇਜ ਦਿਓ। ਸੈਕਿੰਡ ਜੋਸ਼ੀ ਜੀ, ਜਿਹੜੀ ਗੱਲ ਇਹ ਕਹਿ ਰਹੇ ਨੇ ਸਿਆਲਕਾ ਸਾਹਿਬ ਵੀ ਜੇ ਉਹ ਦੂਸਰੇ ਪਾਸੇ ਜਾਂ ਗੁਰਦੁਆਰਾ ਸਾਹਿਬ ਬੰਨੀ ਮੂੰਹ ਕਰਕੇ ਉੱਥੇ ਬੈਠਦੀ ਆ, ਯੋਗਾ ਕਰਦੀ, ਤਾਂ ਇਹ ਕੀ ਇਹ ਠੀਕ ਸੀ? ਮਤਲਬ ਗੱਲ ਤੇ ਮਰਿਆਦਾ ਦੀ ਆ ਜਾਂਦੀ ਹੈ। ਦੇਖੋ ਹਰਿਮੰਦਰ ਸਾਹਿਬ ਗੁਰੂ ਅਸਥਾਨਾਂ ਦੇ ਵਿੱਚੋਂ ਉਹ ਅਸਥਾਨ ਆ ਜਿੱਥੇ ਨਾ ਕਿਸੇ ਗੁਰੂ ਸਾਹਿਬ ਜੀ ਦਾ ਜਨਮ ਅਸਥਾਨ ਹੈ, ਨਾ ਇੱਥੇ ਕਿਸੇ ਗੁਰੂ ਸਾਹਿਬ ਜੀ ਦਾ ਅੰਗੀਠਾ ਵਾ। ਇਹ ਕੇਂਦਰੀ ਅਸਥਾਨ ਬਣਿਆ ਜਿੱਥੇ ਸਭੇ ਥਾਂ ਨਾ ਹੀ ਤੁੱਤ ਜੇ ਹੈ। ਵਾਹਿਗੁਰੂ। ਇਹਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਨੇ ਜਦੋਂ ਇਹ ਰਚਨਾ ਹਰਿਮੰਦਰ ਸਾਹਿਬ ਦੀ ਕੀਤੀ, ਤੁਹਾਨੂੰ ਦੁਨੀਆਂ ਤੇ ਮਿਸਾਲ ਨਹੀਂ ਮਿਲੂਗੀ। ਬਿਲਕੁਲ ਠੀਕ। ਬੇਸ਼ੱਕ ਉਦੋਂ ਜਹਾਂਗੀਰ ਨੇ ਬਾਬਾ ਪਿਰਥੀ ਚੰਦ ਨੂੰ ਵੀ ਇੱਕ ਅਜਿਹਾ ਅਸਥਾਨ ਬਣਾਉਣ ਵਾਸਤੇ, ਬਾਰਡਰੋਂ ਪਾਰ ਹੋਈਏ ਹੇਰ ਪਿੰਡ ਆ ਉੱਥੇ ਹਰਿਮੰਦਰ ਸਾਹਿਬ ਦੇ ਨਾਲ ਦੀ ਇਮਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹਕੂਮਤ ਨੇ, ਪਰ ਉਹ ਜਿਹੜੀ ਆ ਉਹ ਮਾਨਤਾ ਨਹੀਂ ਮਿਲੀ ਉਹਨੂੰ। ਹਰਿਮੰਦਰ ਸਾਹਿਬ ਗੁਰੂ ਸਾਹਿਬ ਜੀ ਨੇ ਬੜਾ ਸ਼ਾਂਤੀ ਦਾ ਅਸਥਾਨ ਬਣਾਇਆ,
ਇੱਥੇ ਆਣ ਕੇ ਕੋਈ ਚੀਜ਼ ਕਰਨੀ ਜਿਹੜੀ ਆ ਨਾ ਉਹ ਗੁਰਮਤਿ ਦੀ ਮਰਿਆਦਾ ਤੋਂ ਆਸੇ ਪਾਸੇ ਕਦੀ ਵੀ ਨਹੀਂ ਹੋ ਸਕਦੀ। ਦੂਸਰੀ ਗੱਲ ਜੋਸ਼ ਸਾਹਿਬ, ਚਲੋ ਸਾਡਾ ਮਿਲਦੇ ਗਿਲਦੇ ਵੀ ਆ, ਪਿਆਰ ਵੀ ਆ, ਜੋਸ਼ ਸਾਹਿਬ ਨੇ ਜਿਹੜੀ ਗੱਲ ਕੀਤੀ ਆਪਣਾ ਉਹਦੀ ਪੜ੍ਹਨ ਦੀ, ਜਦੋਂ ਮੁਸਲਮਾਨ ਮੀਰਾਂ ਨੇ ਆਣ ਕੇ ਨਮਾਜ਼ ਪੜ੍ਹੀ ਆ, ਅਤੇ ਉਹਦੀ ਵੀ ਕਿਤੇ ਮੰਤਾ ਨਹੀਂ ਕੀਤੀ ਉਸ ਗੱਲ ਨੂੰ। ਅਤੇ ਉਹ ਮੇਰਾ ਖਿਆਲ ਹੈ ਵੀ ਕਿਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾ, ਬਾਹਰਲੇ ਦਲਾਨ ਦੇ ਵਿੱਚ ਹੈ, ਨਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਥੇ ਸਰੂਪ ਤੇ ਸਾਡੇ ਸਿੰਘ ਭਾਈ ਸਾਹਿਬ ਬੈਠੇ ਸੀਗੇ, ਔਰ ਪੂਰਾ ਦਾੜਾ ਪ੍ਰਕਾਸ਼ ਸੀਗਾ ਭਾਈ ਸਾਹਿਬ ਦਾ, ਮੈਂ ਦੇਖਿਆ ਸੀਗਾ ਉੱਥੇ। ਉਸ ਘਟਨਾ ਦਾ ਜਿਹੜਾ ਉਹ ਨੋਟਸ ਵੀ ਲਿਆ ਗਿਆ ਹੋਊਗਾ, ਉਸ ਸੰਬੰਧਿਤ ਜ਼ਿੰਮੇਵਾਰਾਂ ਤੋਂ, ਪ੍ਰਬੰਧਕਾਂ ਤੋਂ ਜਿਹੜਾ ਵਾ ਉਹ ਜ਼ਰੂਰ ਜਵਾਬਦਰਬੀ ਹੋਈ ਹੋਊਗਾ। ਅਸਲ ਸਿਆਕਾ ਸਾਹਿਬ, ਇੱਕ ਸੈਕਿੰਡ, ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ। ਹੁਣ ਸਵਾਲ ਇਹ ਹੈ, ਹੁਣ ਸਵਾਲ, ਚਲੋ ਆਪਾਂ ਇਤਿਹਾਸ ਤੇ ਨਾ ਜਾਈਏ, ਜਾਂ ਆਪਾਂ ਉਸ ਨੂੰ ਇਸ ਪਾਸੇ ਵੱਲ ਥੋੜਾ ਜਿਹਾ ਨਾ ਡੀਪਲੀ, ਕਿ ਉਹਦੀ ਸਮਝ ਨਾ ਆਵੇ। ਕਈ ਵਾਰੀ ਨਾ ਗੱਲ ਤੁਹਾਨੂੰ ਥੋੜੀ ਸਿੱਧੀ, ਸਪਸ਼ਟ ਤੇ ਸੌਖੇ ਸ਼ਬਦਾਂ ਦੇ ਵਿੱਚ ਕਰਨੀ ਚਾਹੀਦੀ ਹੈ। ਮੈਂ ਬੜਾ ਸਟੇਟ ਫਾਰਵਰਡ ਹਾਂ ਔਰ ਸਾਫ਼ ਗੱਲ ਕਰ ਰਿਹਾ ਕਿ ਜੇ ਐਸੀਆਂ ਘਟਨਾਵਾਂ ਹੁੰਦੀਆਂ ਨੇ, ਜਾਂ ਹੁਣ ਜਾਣੇ 'ਚ ਕੀਤਾ ਜਾਂ ਅਣਜਾਣੇ 'ਚ ਕੀਤਾ, ਇਹ ਤਾਂ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ। ਦੂਸਰੀ ਗੱਲ ਇਹ ਹੈ ਕਿ ਹੁਣ ਇਹਨਾਂ ਨੂੰ ਰੋਕਣ ਦਾ ਤਰੀਕਾ ਕੀ ਹੈ? ਕੀ ਹੁਣ ਕੱਲ੍ਹ ਅਸੀਂ ਜਿਵੇਂ ਤੁਸੀਂ ਕਮੈਂਟਸ ਦੀ ਗੱਲ ਕੀਤੀ ਸੋਸ਼ਲ ਮੀਡੀਆ 'ਤੇ, ਸਾਨੂੰ ਬਹੁਤ ਸਾਰੇ ਲੋਕਾਂ ਨੇ ਫੋਨ ਕਾਲਸ ਕੀਤੀਆਂ, ਔਰ ਉਸਦੇ ਵਿੱਚ ਵੀ ਅਸੀਂ ਇਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰ ਪਾਏ ਹਾਂ ਕਿ ਇੱਥੋਂ ਤੱਕ ਡਿਮਾਂਡ ਹੋਣ ਲੱਗ ਪਈ ਕਿ ਮੋਬਾਈਲ ਫੋਨ ਹੀ ਬੈਨ ਕਰ ਦਿੱਤੇ ਜਾਣ। ਕੀ ਮੋਬਾਈਲ ਫੋਨ ਬੈਨ ਕਰਨਾ ਇਸ ਦਾ ਸੋਲਿਊਸ਼ਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ? ਦੇਖੋ, ਇਹ ਜਿਹੜਾ ਨਾ ਇਸ ਘਟਨਾ ਤੋਂ 3-4 ਦਿਨ ਪਹਿਲਾਂ ਹੀ ਜਿਹੜਾ ਨਾ ਜੀ ਜੀ ਉਹ ਜਿੱਥੇ ਤੁਸੀਂ ਵੇਖਿਆ ਹੋਣਗੇ ਮਾਟੋ ਦਿੱਤੇ ਸਾਰੇ ਸੇਵਾਦਾਰਾਂ ਨੂੰ ਤੇ ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਫੋਟੋਗ੍ਰਾਫੀ ਕਰਨੀ ਮਨਾ ਹੈ। ਠੀਕ ਹੈ, ਇਹ ਬਹੁਤਾ ਲੰਮਾ ਸਮਾਂ ਨਹੀਂ, 5-7 ਦਿਨ ਪਹਿਲਾਂ ਇਹ ਕੀਤੇ ਜੀ, ਕਿਉਂਕਿ ਹਰਿਮੰਦਰ ਸਾਹਿਬ ਕੋਈ ਪਿਕਨਿਕ ਸਪੋਟ ਨਹੀਂ ਹੈਗਾ। ਠੀਕ ਹੈ, ਹਰਿਮੰਦਰ ਸਾਹਿਬ ਜਿਹੜਾ ਨਾ ਉੱਥੇ ਤੇ ਆਣ ਕੇ ਤੁਸੀਂ ਬਾਹਾਂ 'ਚ ਬਾਹਾਂ ਪਾ ਕੇ ਫੋਟੋ ਖਿਚਾਓ, ਕੋਈ ਪ੍ਰਵਾਨਤੀ ਨਹੀਂ, ਤੁਸੀਂ ਸ਼ਰਧਾ ਸਤਿਕਾਰ ਨਾਲ ਕਰੋ, ਕਿਉਂਕਿ ਲੋਕ ਆਉਂਦੇ ਸੀ ਸਾਰੀ ਉਮਰ 'ਚ, ਕਿਸੇ ਕੋਲੋਂ ਇੱਕ ਵਾਰੀ ਆਇਆ ਜਾਣਾ, ਕਿਸੇ ਕੋਲੋਂ ਆਇਆ ਨਹੀਂ ਜਾਣਾ, ਇਸ ਕਰਕੇ ਲੋਕ ਆਪਣੀਆਂ ਯਾਦਾਂ ਵਾਸਤੇ ਉਹ ਫੋਟੋ ਲੈਂਦੇ ਸੀ, ਪਰ ਉਹਦੇ ਵਿੱਚ ਵਰਤੋਂ ਜਿਹੜੀ ਆ ਫੋਟੋਗ੍ਰਾਫੀ ਦੀ ਜਿਹੜੀ ਆ ਉਹ ਮਨਾ ਕਰ ਦਿੱਤੀ ਗਈ ਆ। ਇਹ ਜਿਹੜੀ ਇਹ ਫੋਟੋਗ੍ਰਾਫੀ ਹੋਈ ਆ ਉਹ ਵੀ ਜਿਹੜਾ ਉਹਨਾਂ ਜਿਹੜੇ ਐਸ ਜੀ ਪੀ ਸੀ ਵੱਲੋਂ ਜਿਹੜਾ ਉਹ ਆਦੇਸ਼ ਜਾਰੀ ਕੀਤਾ ਗਿਆ ਉਹਦੀ ਉਲੰਘਣਾ ਹੋਈ ਆ। ਇਹ ਜਿਹੜੇ ਉਹ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਕੋਲੋਂ, ਜਿਹੜੇ ਸੇਵਾਦਾਰਾਂ ਕੋਲੋਂ ਜਿਹੜੀ ਇਸ ਗੱਲ ਦੀ ਵੀ ਤੁਹਾਡੇ ਹੁੰਦੇ ਆ, ਇਹ ਹੋਇਆ ਕਿਵੇਂ? ਸਿਆਲਕਾ ਸਾਹਿਬ, ਉੱਥੇ ਨੋਰਮਲੀ ਲੋਕ ਫੋਟੋ ਤੇ ਖਿਚਵਾਉਂਦੇ ਨੇ, ਜਿਹੜੀ ਹੱਥ ਜੋੜ ਕੇ ਫੋਟੋ ਆਉਂਦੀ ਹੈ ਉਹ ਤੇ ਖਿਚਵਾਉਂਦੇ ਨੇ, ਕਿ ਉਹ ਵੀ ਬੈਨ ਹੈ? ਦੇਖੋ, ਹੁਣ ਜਦੋਂ ਨਾ ਇਸ ਗੱਲ ਤੋਂ ਅੱਗੇ ਵੱਧ ਗਈ ਨਾ ਗੱਲ, ਕਿਉਂਕਿ ਇਹਨਾਂ ਦਿਨਾਂ ਚੱਲ ਰਹੀਆਂ ਛੁੱਟੀਆਂ, ਠੀਕ ਹੈ, ਤੇ ਇੰਨੀ ਜ਼ਿਆਦਾ ਸੰਗਤ ਆਉਂਦੀ ਆ ਉਹਨੂੰ ਪਤਾ ਨਹੀਂ ਲੱਗਦਾ, ਸੇਵਾਦਾਰ ਵੀ ਜੇ 10 ਬੰਦੇ ਇਕਲੌਤੇ ਨੇ ਉਹਨਾਂ ਦਾ ਓਹਲਾ ਹੋ ਗਿਆ ਪਤਾ ਨਹੀਂ ਲੱਗਦਾ, ਇਸ ਕਰਕੇ ਉਹ ਜਿਹੜਾ ਉਹ ਮਨਾ ਕਰ ਦਿੱਤਾ ਵੀ ਇੱਥੇ ਫੋਟੋਗ੍ਰਾਫੀ ਬੈਨ ਆ। ਹੁਣ ਜੇ ਇਸ ਮੰਨੇ ਵੱਲ ਜਾਈਏ ਤੇ ਇੱਥੇ ਤੇ ਪਹਿਲਾਂ ਤੋਂ ਵੇਖੀਏ ਨਾ ਤੇ ਪਹਿਲਾਂ ਸੈਕਟਰੀ ਕੋਲੋਂ ਇਜਾਜ਼ਤ ਲੈਣੀ ਪੈਂਦੀ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਆਣ ਕੇ ਫੋਟੋਗ੍ਰਾਫੀ ਕਰਨ ਦੀ, ਇਸ ਕਰਕੇ ਫੋਟੋਗ੍ਰਾਫੀ ਮੈਂ ਬੈਨ ਹੀ ਕੀਤੀ ਜਾਣੀ ਜਿਹੜੀ ਉਹ ਬਿਹਤਰ ਹੈ ਨਹੀਂ। ਪਰ ਸਿਆਲਕਾ ਸਾਹਿਬ, ਤੁਸੀਂ ਇਹ ਸਮਝਦੇ ਹੋ ਵੀ ਜਿੰਨਾ ਮੋਬਾਈਲ ਫੋਨ ਐਕਸਪੈਂਡ ਹੋ ਚੁੱਕਿਆ ਅੱਜ ਕੱਲ੍ਹ, ਤੇ ਹਰ ਬੱਚੇ ਦੇ ਹੱਥ 'ਚ ਵੀ ਮੋਬਾਈਲ ਹੁੰਦਾ, ਨਾ ਤਾਂ ਇੰਨੀ ਚੈਕਿੰਗ ਸੰਭਵ ਹੈ,
ਔਰ ਨਾ ਹੀ ਤੁਸੀਂ ਉਸ ਚੀਜ਼ ਨੂੰ ਕੋਈ 100% ਰੋਕ ਸਕਦੇ ਹੋ ਕਿ ਇਹ ਪੋਸੀਬਿਲਿਟੀ ਹੈ। ਬੇਸ਼ੱਕ ਤੁਸੀਂ ਕਾਰਵਾਈ ਕੀਤੀ ਹੈ SGPC ਦੇ ਜਿਹੜੇ ਸੇਵਾਦਾਰ ਨੇ ਉਹਨਾਂ ਤੇ, ਪਰ ਫਿਰ ਵੀ ਕੀ ਇਹ ਚੀਜ਼ ਸੰਭਵ ਹੈ ਇੱਕ ਇੱਕ ਬੰਦੇ ਤੇ ਨਜ਼ਰ ਰੱਖਣੀ? ਵੇਖੋ ਇਹ ਸੰਭਵ ਨਹੀਂ ਤੇ ਨਾ ਇਹਨੂੰ ਜਿਹੜਾ ਮੋਬਾਈਲ ਫੋਨ, ਕਿਉਂਕਿ ਇੰਨੀ ਸੰਗਤ ਦੇ ਵਿੱਚ ਕੋਈ ਇੱਕ ਦੂਸਰੇ ਨੂੰ ਨਿਖੜ ਜਾਂਦਾ ਤੇ ਫਿਰ ਹੁਣ ਫੋਨ ਤੇ ਹੀ ਕੰਟੈਕਟ ਕਰਦੇ ਪਏ ਕਿੱਥੇ ਆ। ਬਿਲਕੁਲ ਠੀਕ ਹੈ। ਉਥੇ ਸਿਰਫ ਫੋਟੋਗ੍ਰਾਫੀ ਬੈਨ ਕੀਤੀ, ਫੋਟੋਗ੍ਰਾਫ ਉਹ ਬੈਨ ਕਰ ਦਿੱਤੀ। ਉਹ ਬੈਨ ਕੀਤੀ ਨੂੰ ਵੀ ਮੇਰਾ ਖਿਆਲ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ, ਹਫ਼ਤੇ ਤੋਂ ਉੱਪਰ ਹੀ ਹੋਇਆ ਸਮਾਂ। ਉਹ ਸਮੇਂ ਦੌਰਾਨ ਆ ਘਟਨਾ ਵਾਪਰੀ ਜਿਹੜੀ ਆ, ਇਹਦੇ ਕਰਕੇ ਉਹ ਸੇਵਾਦਾਰਾਂ ਦੀ ਜਿਹੜੀ ਜਵਾਬਦੇਹੀ। ਚਲੋ, ਸਾਡੇ ਨਾਲ ਕਾਲਰ ਜੁੜੇ ਨੇ ਫਰੀਦਕੋਟ ਤੋਂ, ਕੁਝ ਕਹਿਣਾ ਚਾਹ ਰਹੇ ਨੇ। ਮੈਂ ਕੀ ਸ਼ਮਸ਼ੇਰ ਜੀ ਕੀ ਕਹਿਣਾ ਚਾਹ ਰਹੇ ਹੋ? ਸਰ ਜੀ ਬਹੁਤ ਗਲਤ ਗੱਲ ਹੈ ਜੀ, ਇਹ ਨਹੀਂ ਚਾਹੀਦਾ ਗਾ। ਵੇਖੋ ਹਨਾ ਵੀ ਆਪਾਂ ਜਦੋਂ ਜਾਂਦੇ ਹਾਂ ਮਰਿਆਦਿਆਂ ਨੂੰ ਠੇਸ ਪਹੁੰਚੀਏ ਸਾਡੇ ਨੂੰ ਹੀ, ਠੀਕ ਹੈ। ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਜੀ, ਪਰ ਫਿਰ ਵੀ ਮੈਂ ਇਸ ਗੱਲ ਨੂੰ ਮੰਨਦਾ ਵੀ ਬਹੁਤ ਜ਼ਿਆਦਾ ਵੀ ਸਾਡੇ ਮਨ ਨੂੰ ਠੇਸ ਪਹੁੰਚੀ ਹੈ ਜੀ। ਹੁਣੇ ਮੈਂ ਤੁਹਾਡੀ ਖਬਰ ਲਈ ਸੀ, ਤੁਹਾਡਾ ਨੰਬਰ ਅੱਜ ਚਲਾਇਆ, ਬਹੁਤ ਗਲਤ ਗੱਲ ਹੈ ਜੀ। ਚਾਹੇ ਬੰਦਾ ਕੋਈ ਉਹਨੂੰ ਰੋਕ ਹੀ ਸਕਦਾ ਸੀਗਾ ਉਹਨੂੰ। ਠੀਕ ਹੈ ਠੀਕ ਹੈ ਠੀਕ ਹੈ, ਧੰਨਵਾਦ ਧੰਨਵਾਦ ਆਪਣੀ ਗੱਲ ਕਹਿਣ ਦੇ ਲਈ। ਉਹ ਤੇ ਬੜੀ ਸਪਸ਼ਟ ਗੱਲ ਹੈ ਸਿਆਲਕਾ ਸਾਹਿਬ ਜੋਸ਼ੀ ਜੀ, ਹਰ ਬੰਦਾ ਇਸ ਚੀਜ਼ ਦੀ ਨਿੰਦਾ ਤੇ ਕਰਦਾ ਹੀ ਹੈ ਜੀ। ਮੈਨੂੰ ਨਾ ਗੱਲ ਯਾਦ ਆ ਗਈ ਬਰਾੜ ਸਾਹਿਬ, ਬੜੀ ਚੰਗੀ ਤਰ੍ਹਾਂ ਬਰਾੜ ਸਾਹਿਬ, ਮੈਨੂੰ ਗੱਲ ਯਾਦ ਆ ਗਈ ਕਿ ਅਕਸਰ ਸਕੂਲਾਂ ਦੇ ਵਿੱਚ ਤੁਸੀਂ ਪੜ੍ਹਦੇ ਸੀ ਨਾ, ਅਸੀਂ ਸਕੂਲ ਦੇ ਵਿੱਚ ਤੇ ਸਾਨੂੰ ਪਿਕਨਿਕ ਤੇ ਲੈ ਕੇ ਜਾਂਦੇ ਸੀਗੇ ਮਾਧੋਪੁਰ, ਪਿਕਨਿਕ ਸਪੋਟ ਲੱਗੇ ਉਹ ਪੈਂਦਾ ਸੀ ਸਾਨੂੰ ਗੁਰਦਾਸਪੁਰ ਧਾਰੀਵਾਲ ਬਟਾਲੇ ਵਾਲਿਆਂ ਨੂੰ। ਸ਼ਰਾਰਤਾਂ ਕਰਨ ਲੱਗੇ ਤੇ ਉੱਥੇ ਵੀ ਆ ਕੇ ਸੇਵਾਦਾਰਾਂ ਨੇ ਰੋਕਤਾ ਸੀਗਾ ਵੀ ਇਹ ਧਾਰਮਿਕ ਥਾਂ ਵਾ, ਇੱਥੇ ਕਿਸੇ ਤਰ੍ਹਾਂ ਦੀ ਇੱਦਾਂ ਦੀ ਗੱਲ ਨਹੀਂ, ਤੇ ਲੋਕ ਆਸਥਾ ਵਾਸਤੇ ਆਉਂਦੇ ਨੇ। ਮੈਂ ਹਰ ਗੱਲ ਦੇ ਨਾਲ ਸਹਿਮਤ ਹਾਂ ਸਿਆਲਕਾ ਸਾਹਿਬ ਦੇ, ਬਲਕਿ ਮੈਂ ਤੇ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਵਾਰੀ ਭਾਈ ਸਾਹਿਬ ਤੋਂ ਇੱਕ ਹੁਕਮਨਾਮਾ ਵੀ ਜਾਰੀ ਹੋਵੇ। ਪਹਿਲੀ ਗੱਲ, ਦੇਖੋ ਮਸਲਾ ਗੰਭੀਰ ਹੋ ਗਿਆ, ਇਹਦੇ ਵਿੱਚ ਇਹ ਗੱਲ ਜ਼ਰੂਰ ਕਹੀ ਜਾਵੇ ਕਿ ਨਾ ਤੇ ਉਸ ਕੁੜੀ ਨੂੰ ਨਿੰਦਣਯੋਗ ਸ਼ਬਦ ਕਹੇ ਜਾਣ ਜਾਂ ਕੁਛ ਇਦਾਂ ਦੀ ਹਰਕਤ ਕਹੀ ਜਾਵੇ। ਇੱਕ ਵਾਰੀ ਜ਼ਰੂਰ ਇਹਨਾਂ ਵੱਲ ਮੈਸੇਜ ਜਾਣਾ ਚਾਹੀਦਾ ਔਰ ਇਹਨਾਂ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਨਹੀਂ ਮੈਂ ਰੋਕਦਾ, ਲੇਕਿਨ ਕੋਈ ਸਾਡੇ ਦਰਬਾਰ ਸਾਹਿਬ ਦੀ ਆੜ ਦੇ ਵਿੱਚ, SGPC ਦੀ ਇਸ ਸ਼ਿਕਾਇਤ ਦੀ ਆੜ ਵਿੱਚ ਕੋਈ ਗਲਤ ਹਰਕਤ ਕਰ ਜਾਵੇ ਉਸ ਕੁੜੀ ਦੇ ਨਾਲ, ਤੇ ਮੈਂ ਚਾਹੁੰਦਾ ਵਾਂ ਕਿ ਮੈਂ ਇੱਥੋਂ ਮੈਂ ਵੀ ਬੇਨਤੀ ਕਰਦਾ ਵਾਂ ਵੀ ਕਿਰਪਾ ਕਰਕੇ ਇੱਕ ਤਾਂ ਨਿੰਦਣਯੋਗ ਸ਼ਬਦ ਉਹਦੇ ਪਰਿਵਾਰ ਨੂੰ ਤੇ ਉਹਨੂੰ ਕਹਿਣੇ ਬੰਦ ਕਰੋ। ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਆ, 295 ਦਾ ਜਿਹੜਾ ਹੁੰਦਾ ਨਾ ਉਹ ਗੈਰ ਜ਼ਮਾਨਤੀ ਹੁੰਦਾ ਪਰਚਾ 295A, ਠੀਕ ਹੈ ਜੀ, ਤੇ ਇਹਦੇ ਉੱਤੇ ਜੇ ਕਾਰਵਾਈ ਵਾਸਤੇ ਪਰਚਾ ਦਰਜ ਹੋਇਆ ਵਾ ਤਾਂ ਮੇਰਾ ਖਿਆਲ ਇਹਨੂੰ ਕਾਨੂੰਨ ਨਾਲ ਵੇਖਣਾ ਚਾਹੀਦਾ। ਬਾਕੀ ਬਹੁਤ ਵੱਡਾ ਪੜਚੋਲ ਕਰਨਾ ਪੈਣਾ ਵਾ ਤੇ ਇੱਕ ਧਾਰਮਿਕ ਸੰਸਥਾ ਵੱਲੋਂ, SGPC ਵੱਲੋਂ, ਅਕਾਲ ਤਖ਼ਤ ਸਾਹਿਬ ਵੱਲੋਂ ਕਿ ਇਹ ਹੋਇਆ ਕਿੱਦਾਂ, ਕਿਉਂ ਹੋਇਆ। ਔਰ ਮੇਰਾ ਖਿਆਲ ਆ ਹੁਣ ਫਰਮਾਨ ਵੀ ਜਾਰੀ ਹੋਣੇ ਚਾਹੀਦੇ ਨੇ, ਆਸਾ ਨੂੰ ਲੈ ਕੇ ਕਾਨੂੰਨ ਨਿਯਮ ਪੂਰੇ ਪ੍ਰਜੈਂਟ ਹੋਣੇ ਚਾਹੀਦੇ ਨੇ। ਸਾਡੇ ਨਾਲ ਬਠਿੰਡਾ ਤੇ ਕਾਲਰ ਜੁੜੇ ਨੇ ਮੁਖਤਿਆਰ ਸਿੰਘ। ਹਾਂਜੀ ਮੁਖਤਿਆਰ ਜੀ, ਕੀ ਕਹਿਣਾ ਚਾਹ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਆਪਣੀ ਗੱਲ ਕਹੋ ਫਟਾਫਟ। ਮੈਂ ਇਹ ਜਾਣਨਾ ਚਾਹੁੰਦਾ ਵੀ ਉਹ ਲੜਕੀ ਗੁਜਰਾਤ ਤੋਂ ਚੱਲੀ, ਹਾਂਜੀ, ਉਹ ਤੋਂ ਪਹਿਲਾਂ ਉਹ ਕਿਤੇ ਹੋਰ ਯੋਗਾ ਕਰਕੇ ਆਈ ਕਿ ਧਾਰਮਿਕ ਸਥਾਨ? ਇਹ ਤੇ ਉਹੀ ਜਾਣਦੀ ਹੈ ਜੀ, ਉਹ ਜਿੰਨੀਆਂ ਉਹਦੀਆਂ ਤਸਵੀਰਾਂ ਉਹ ਸੋਸ਼ਲ ਮੀਡੀਆ ਤੇ ਪਈਆਂ ਅੱਡ ਅੱਡ ਥਾਵਾਂ ਤੇ ਜਿੱਥੇ ਵੀ ਯੋਗਾ ਕੀਤਾ। ਹਾਂ, ਪੁੱਛਿਆ ਜਾਵੇ ਕਿਉਂ? ਅੱਛਾ, ਲੁਧਿਆਣਾ ਤੋਂ ਇੱਕ ਕਾਲਰ ਜੁੜੇ ਨੇ, ਸੋਮਨਾਥ ਜੀ। ਹਾਂਜੀ ਸੋਮਨਾਥ ਜੀ, ਕੀ ਕਹਿਣਾ ਚਾਹ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਤੁਸੀਂ ਆਪਣੀ ਗੱਲ ਕਹੋ ਜੀ, TV ਦੀ ਆਵਾਜ਼ ਤੇ ਨਾ ਜਾਓ, ਉਹ ਸਮਝ ਨਹੀਂ ਆਉਣੀ ਫਿਰ ਤੁਹਾਨੂੰ। ਹਾਂਜੀ ਠੀਕ ਹੈ, ਮੈਂ ਕਹਿ ਰਿਹਾ ਵੀ ਇੱਥੇ ਕਿਸੇ ਦਾ ਕੰਟਰੋਲ ਨਹੀਂ ਸੀ ਜਦੋਂ ਉਹਨੇ ਯੋਗਾ ਕੀਤਾ, ਕਿਸੇ ਨੇ ਵੇਖਿਆ ਨਹੀਂ ਇਹਨਾਂ ਨੂੰ, ਕੁੜੀ ਨੂੰ। ਭਾਜੀ ਉਹੀ, ਠੀਕ ਹੈ ਠੀਕ ਹੈ, ਅਸੀਂ ਇਸ ਚੀਜ਼ ਦਾ ਜ਼ਿਕਰ ਪਹਿਲਾਂ ਕਰ ਚੁੱਕੇ ਹਾਂ। SGPC ਦੇ ਜਿਹੜੇ ਮੁਲਾਜ਼ਮ ਜਿਹੜੇ ਉੱਥੇ ਸੀਗੇ ਮੌਕੇ ਤੇ, ਜਿਹਨਾਂ ਦੀ ਡਿਊਟੀ ਹੁੰਦੀ ਹੈ, ਸੇਵਾਦਾਰ ਜਿਹੜੇ ਹੁੰਦੇ ਆ, ਉਹਨਾਂ ਨੂੰ, ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਤਿੰਨ
ਜਿਹੜੇ ਸੇਵਾਦਾਰ ਸੀ ਉਹਨਾਂ ਨੂੰ। ਮੈਂ ਮਨਦੀਪ ਤੁਹਾਡੇ ਤੋਂ ਇੱਕ ਸਵਾਲ ਜਾਣਨਾ ਚਾਹੂੰਗਾ। ਹੁਣ ਜਿਵੇਂ ਸਿਆਲਕਾ ਸਾਹਿਬ ਕਹਿ ਰਹੇ ਨੇ ਵੀ ਮੋਬਾਈਲ ਬੈਨ ਕਰਤੇ, ਹੁਣ ਕੀ ਤੁਸੀਂ ਸਮਝਦੇ ਹੋ ਕਿ ਇਹੀ ਸੋਲੂਸ਼ਨ ਹੈ, ਹੋਰ ਕੋਈ ਨਹੀਂ ਹੈ? ਜੀ ਦੇਖੋ, ਜੇ ਫੋਟੋਗ੍ਰਾਫੀ ਇਕੱਲੇ ਟਰੈਵਲ ਕਰਦੇ, ਫੋਟੋਗ੍ਰਾਫੀ ਮੋਬਾਈਲ ਨਹੀਂ, ਸੋਰੀ ਫੋਟੋਗ੍ਰਾਫੀ ਬੈਨ ਕਰ, ਆਪਾਂ ਬੈਨ ਕਰ ਸਕਦੇ ਹਾਂ। ਬਟ ਹੁਣ ਦੇਖੋ ਕਿੰਨੇ ਲਾਈਕ ਕਾਫੀ ਸੈਲੀਬ੍ਰਿਟੀਜ਼ ਆਉਂਦੇ ਨੇ ਆਲ ਅਰਾਊਂਡ ਦਾ ਵਰਲਡ, ਉਹ ਵੀ ਆ ਕੇ ਫੋਟੋ ਖਿੱਚ ਕੇ ਪਾਉਂਦੇ ਨੇ, ਅਤੇ ਉਹ ਕਲਚਰ ਕਾਫੀ ਪੁਰਾਣਾ ਚੱਲਦਾ ਆ ਰਿਹਾ, ਅਤੇ ਉਹ ਚੀਜ਼ ਇੱਕਦਮ ਬੰਦ ਕਰਾਂਗੇ ਤਾਂ ਮਤਲਬ ਕਾਫੀ ਲੋਕ ਨਹੀਂ ਸਮਝਣਗੇ। ਬਟ ਜੇ ਹੁਣ ਆਪਾਂ ਆਪਣੇ ਰਿਲੀਜਨ ਦੀ ਰਿਸਪੈਕਟ ਕਰੀਏ, ਤਾਂ ਮੈਨੂੰ ਲੱਗਦਾ ਕਿ ਫੋਟੋਗ੍ਰਾਫੀ ਬੈਨ ਹੋਣੀ ਚਾਹੀਦੀ ਹੈ। ਫੋਨ ਨਹੀਂ ਬੈਨ ਕਰ ਸਕਦੇ, ਬਿਕੋਜ਼ ਕਈ ਲੋਕ ਇਕੱਲੇ ਟਰੈਵਲ ਕਰਦੇ ਆ, ਦੂਰੋਂ ਆਉਂਦੇ ਨੇ, ਕਿਉਂਕਿ ਬਹੁਤ ਦੂਰੋਂ ਦੂਰੋਂ ਉੱਥੇ ਲੋਕ ਪਹੁੰਚਦੇ ਨੇ ਸ਼ਰਧਾਲੂ ਜਿਵੇਂ ਮੱਥਾ ਟੇਕਣ, ਕਿਉਂਕਿ ਮਾਨਤਾ ਹੁੰਦੀ ਹੈ। ਫੋਨ ਫੋਟੋਗ੍ਰਾਫੀ ਲੇਕਿਨ ਹਮੇਸ਼ਾ ਤੋਂ ਬੈਨ ਹੈ। ਜਿਵੇਂ ਹੁਣ ਆਪਾਂ ਗੁਰੂ ਘਰ ਬੰਗਲਾ ਸਾਹਿਬ ਜੇ ਜਾਂਦੇ ਹਾਂ, ਉੱਥੇ ਬੋਰਡ ਲੱਗੇ ਹੋਏ ਆ, ਪਰਿਕਰਮਾ ਦੇ ਟਾਈਮ ਤੇ ਬਾਹਰ ਬਹੁਤ ਵੱਡਾ ਬੋਰਡ ਲੱਗਿਆ ਹੋਇਆ, ਫੋਟੋਗ੍ਰਾਫੀ ਨਾਟ ਅਲਾਊਡ। ਕੇਦਾਰਨਾਥ ਮੰਦਿਰ ਦੇ ਵਿੱਚ ਉੱਥੇ ਪਿੱਛੇ ਜੇ ਇੱਕ ਇਨਸੀਡੈਂਟ ਹੋਇਆ ਸੀ, ਉਸ ਤੋਂ ਬਾਅਦ ਉਹਦੇ 50 ਮੀਟਰ ਦੇ ਦਾਇਰੇ ਦੇ ਵਿੱਚ ਫੋਟੋਗ੍ਰਾਫੀ ਬੈਨ ਕਰ ਦਿੱਤੀ ਗਈ, ਉਹ ਹਲੇ ਵੀ ਬੈਨ ਹੀ ਹੈ। ਜੇ ਤੁਸੀਂ ਲੋਕਲ ਵੀ ਕਿਸੇ ਗੁਰੂ ਘਰ ਜਾਓ ਤੇ ਲੱਗਿਆ ਹੁੰਦਾ ਫੋਟੋਗ੍ਰਾਫੀ ਬੈਨ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦੀ ਰਿਸਪੈਕਟ ਹੈ। ਤੁਸੀਂ ਜੇ ਆਪਣੇ ਮਨੋਂ ਨਹੀਂ ਰਿਸਪੈਕਟ ਕਰ ਰਹੇ ਉਸ ਚੀਜ਼ ਨੂੰ, ਮਤਲਬ ਤੁਸੀਂ ਬੇਅਦਬੀ ਕਰ ਰਹੇ ਹੋ। ਇਹ ਚੀਜ਼ ਬੇਅਦਬੀ ਮੰਨੀ ਜਾਂਦੀ ਹੈ, ਤੁਸੀਂ ਕਿੱਦਾਂ ਫੋਟੋਗ੍ਰਾਫੀ ਕਰ ਰਹੇ ਹੋ। ਹੁਣ ਜਿਵੇਂ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਸਿਖਾਇਆ ਕਿ ਆਪਾਂ ਪਿੱਠ ਕਰਕੇ ਨਹੀਂ ਬੈਠਣਾ। ਹੁਣ ਜੇ ਉਹ ਕੁੜੀ ਯੋਗਾ ਕਰ ਰਹੀ ਹੈ, ਪਿੱਠ ਕਰਕੇ ਬੈਠੀ ਹੈ, ਬਹੁਤ ਮਤਲਬ ਮੇਰੇ ਲਈ, ਮੈਂ ਤਾਂ ਆਪ ਟ੍ਰਿਗਰ ਹੋਈ ਹਾਂ ਦੇਖ ਕੇ ਕਿ ਕਿੰਨੀ ਵੱਡੀ ਗੱਲ ਹੈ ਕਿ ਉੱਥੇ ਪਹੁੰਚ ਕੇ ਕੋਈ ਇੱਦਾਂ ਕਰ ਰਿਹਾ। ਅਸਲ ਦੇ ਵਿੱਚ ਦੇਖੋ, ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕੇਦਾਰਨਾਥ ਮੰਦਿਰ ਦਾ, ਉੱਥੇ ਵੀ ਬੈਨ ਇਸ ਲਈ ਕੀਤਾ ਗਿਆ ਫੋਟੋਗ੍ਰਾਫੀ ਕਿ ਉੱਥੇ ਬਲੌਗਰ ਇੰਨੀ ਵੱਡੀ ਗਿਣਤੀ 'ਚ ਪਹੁੰਚ ਜਾਂਦੇ ਸੀ, ਹਰ ਕੋਈ ਆਪਣੀ ਉੱਥੇ ਵੀਡੀਓਗ੍ਰਾਫੀ ਕਰਨ ਲੱਗ ਪੈਂਦਾ। ਉਹਦੇ ਨਾਲ ਜਿਹੜੇ ਐਕਚੁਅਲ ਸ਼ਰਧਾਲੂ ਜਿਹੜੇ ਉੱਥੇ ਨਤਮਸਤਕ ਹੋਣ ਜਾਂਦੇ ਆ, ਮੱਥਾ ਟੇਕਣ ਜਾਂਦੇ ਆ, ਉਹਨਾਂ ਨੂੰ ਦਿੱਕਤ ਆਉਣ ਲੱਗ ਪਈ ਸੀ। ਸੋ ਇਸ ਕਰਕੇ ਔਖੇ ਹੋ ਕੇ ਇਹ ਡਿਸੀਜ਼ਨ ਲੈਣਾ ਪਿਆ, ਹਾਲਾਂਕਿ ਕੋਈ ਚਾਹੁੰਦਾ ਨਹੀਂ ਹੁੰਦਾ। ਸਿਆਲਕਾ ਸਾਹਿਬ ਬੈਠੇ ਨੇ, ਸਿਆਲਕਾ ਸਾਹਿਬ ਕੋਈ ਐਂ ਤਾਂ ਨਹੀਂ ਹੁੰਦਾ ਕਿ ਬੈਠੇ ਬੈਠੇ ਤੁਸੀਂ ਚਾਹੁੰਦੇ ਹੀ ਨਹੀਂ ਕਿ ਕੋਈ ਬੰਦਾ ਇੱਥੇ ਫੋਟੋ ਨਾ ਖਿੱਚੇ। ਅਸਲ ਦੇ ਵਿੱਚ ਤਾਂ ਇਹ ਵੀ ਹੈ ਤਾਂ ਇੱਕ ਜ਼ਰੀਆ ਹੀ ਕਿ ਘਰੇ ਬੈਠੇ ਵੀ ਦੇਸ਼ ਵਿਦੇਸ਼ 'ਚ ਲੋਕ ਉਸ ਚੀਜ਼ ਦੇ ਦਰਸ਼ਨ ਕਰਦੇ ਹੈ। ਗੁਰਬਾਣੀ ਚੱਲਦੀ ਹੈ ਗੋਲਡਨ ਟੈਂਪਲ ਤੋਂ, ਹਰ ਕੋਈ ਸਵੇਰੇ ਅਤੇ ਸ਼ਾਮ ਹਰੇਕ ਦੇ ਘਰੇ, ਭਾਵੇਂ ਬੰਦਾ ਕੰਮ ਕਰਦਾ ਫਿਰਦਾ ਫਿਰ ਵੀ ਗੁਰਬਾਣੀ ਚੱਲਦੀ ਹੈ। ਉਹ ਵੀ ਚੀਜ਼ਾਂ ਚੱਲਦੀਆਂ ਨੇ, ਪਰ ਕਿਉਂਕਿ ਜ਼ਰੀਆ ਹੈ ਅਲੱਗ ਅਲੱਗ। ਸੋ ਕਿਤੇ ਨਾ ਕਿਤੇ ਇਹ ਨਹੀਂ ਸਮਝਦੇ ਕਿ ਬੈਨ ਕਰਨ ਨਾਲੋਂ ਜ਼ਿੰਮੇਵਾਰੀ ਤੁਹਾਡੀ ਆਪਣੀ ਜ਼ਿਆਦਾ ਵੱਧ ਜਾਂਦੀ ਹੈ ਕਿ ਅਸੀਂ ਉਸ ਮਰਿਆਦਾ ਨੂੰ ਫੋਲੋ ਕਰੀਏ। ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਵੀ ਜਦੋਂ ਜਾਂਦੇ ਹਾਂ ਕਿਤੇ ਜੀ, ਸਾਨੂੰ ਆਪ ਉਸ ਥਾਂ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ, ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਸਮਝਣਾ ਚਾਹੀਦਾ। ਪਰ ਕਈ ਵਾਰੀ ਜਿਵੇਂ ਨਾ ਜਿਹਨੂੰ ਕਹਿ ਲਈਏ ਆਪਾਂ ਲਫ਼ਜ਼ੇ ਕਿਵੇਂ ਕਹਿ ਸਕਦੇ ਹਾਂ ਵੀ ਕਈ ਜਿਹੜੇ ਆਪਣੇ ਉਤਸ਼ਾਹੀ ਜਾਂ ਜਿਵੇਂ ਇਸ ਲੜਕੀ ਨੇ ਕੀਤਾ, ਕੋ ਮਾਇੰਡ ਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੋਊਗੀ। ਕੁਝ ਬੰਦੇ ਜਿਹੜੇ ਆ ਨਾ ਉੱਥੇ ਤੁਸੀਂ ਹਰ ਬੰਦੇ ਨੂੰ ਉਹਦਾ ਧਾਰਮਿਕ ਪੱਖ ਜਿਹੜਾ ਨਾ ਉਹਨੂੰ ਅਸੈਸ ਨਹੀਂ ਕਰ ਸਕਦੇ ਵੀ ਉਹ ਇੱਥੇ ਆ ਤੇ ਕਿੰਨੀ ਸ਼ਰਧਾ ਨਾਲ ਆ ਜਾਂ ਉਹਦੀ ਸ਼ਰਧਾ ਭਾਵਨਾ ਕਿਵੇਂ ਆ। ਅੱਛਾ, ਉਹ ਕਿੰਨੀ ਦੇਰ ਗੋਲਡਨ ਟੈਂਪਲ ਦੇ ਵਿੱਚ ਰਹੀ ਆ ਉਹ ਲੜਕੀ? ਸਿਆਲਕਾ ਸਾਹਿਬ SGPC ਨੇ ਆਪਣੇ ਤੌਰ ਤੇ ਕੀਤੀ ਹੋਣੀ ਹੈ ਇਨਵੈਸਟੀਗੇਟ। ਤਾਂ ਕੋਸ਼ਿਸ਼ ਕਰਾਂਗੇ, ਸ਼ਾਇਦ ਉਹਨਾਂ ਦਾ ਕੋਈ ਟੈਕਨੀਕਲ ਐਰਰ ਹੋਇਆ। ਜੋਸ਼ੀ ਜੀ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ, ਐਸੇ ਜਿਹੜੇ ਘਟਨਾਕ੍ਰਮ ਨੇ ਕਿਤੇ ਨਾ ਕਿਤੇ ਇਸ ਚੀਜ਼ ਤੋਂ ਇਨਕਾਰ ਤਾਂ ਨਹੀਂ ਕੀਤਾ ਜਾ ਸਕਦਾ ਕਿ ਬਿਲਕੁਲ ਹੀ ਕੋਈ ਅਣਜਾਣ ਪੁਣੇ ਦੇ ਵਿੱਚ ਸਪੈਸ਼ਲੀ ਕੋਈ ਕੁੜੀ ਫਲਾਈਟ ਲੈ ਕੇ ਅੰਮ੍ਰਿਤਸਰ ਆਉਂਦੀ ਹੈ, ਸਿੱਧਾ ਗੋਲਡਨ ਟੈਂਪਲ ਜਾਂਦੀ ਹੈ,
ਇਹ ਵੀ ਜਾਣਕਾਰੀ ਆ ਰਹੀ ਸੀ ਕਿ ਉਸਨੇ ਮੱਥਾ ਨਹੀਂ ਟੇਕਿਆ, ਉਹ ਸਿਰਫ ਉੱਥੇ ਅੱਧਾ ਜਾਂ ਪੌਣਾ ਘੰਟਾ ਦਾ ਕਰੀਬ, ਜਿੰਨੀ ਕੁ ਜਾਣਕਾਰੀ SGPC ਵੱਲੋਂ ਦਿੱਤੀ ਗਈ ਸੀ ਵੀ ਉੱਥੇ ਰਹੀ, ਅਤੇ ਉੱਥੇ ਉਹਨੇ ਉਹ ਆਪਣੀਆਂ ਫੋਟੋਗ੍ਰਾਫਸ ਖਿਚਵਾਈਆਂ ਯੋਗਾ ਵਾਲੇ ਪੋਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਉੱਥੋਂ ਚਲੀ ਗਈ। ਕੀ ਤੁਸੀਂ ਇਹ ਸਮਝਦੇ ਹੋ ਕਿ ਇਹ ਨਿਰੋਲ ਸਿਰਫ ਇੱਕ ਅਣਜਾਣਤਾ ਦਾ ਮਾਮਲਾ? ਦੇਖੋ, ਇਹ ਤਾਂ ਪਹਿਲਾਂ ਦੇਖਣਾ ਪਏਗਾ ਕਿ ਉਹਨੇ ਪ੍ਰੋਪਰ ਯੋਗਾ ਕੀਤਾ ਕਿ ਯੋਗਾ ਦੇ ਪੋਜ਼ ਦੇ ਨਾਲ ਇਕੱਲੀ ਤਸਵੀਰ ਖਿਚਾਈ ਹੈ, ਕੈਮਰੇ ਲੱਗੇ ਹੋਏ ਨੇ ਦਰਬਾਰ ਸਾਹਿਬ ਦੇ। ਚਲੋ, ਚੀਜ਼ਾਂ ਤੇ ਦੋਨੇ ਗਲਤ ਨੇ, ਦੂਸਰੀ ਗੱਲ ਤਸਵੀਰ ਖਿਚਾਈ ਹੋਵੇ ਚਾਹੇ ਯੋਗਾ ਕੀਤਾ ਹੋਵੇ, ਦੂਸਰੀ ਗੱਲ ਇਹ ਬਿਲਕੁਲ ਇੱਕ ਭਾਵੇਂ ਤੁਸੀਂ ਇਹਨੂੰ ਅਬੋਧ ਅਵਸਥਾ ਕਹੋ ਭਾਵੇਂ ਜਾਣ ਬੁੱਝ ਕੇ ਕਹੋ, ਇਹ ਇੱਕ ਨਿੰਦਣਯੋਗ ਕੰਮ ਆ। ਕਿਸੇ ਥਾਂ ਦੇ ਉੱਤੇ ਤੁਸੀਂ ਜਾਂਦੇ ਹੋ, ਜੇ ਤੁਸੀਂ ਉੱਥੇ ਛਪ, ਤੁਸੀਂ ਹੁਣ ਜਿਹੜੀ ਗੱਲ ਕਹੀ ਕਿ ਉਹ ਇਹ ਪਤਾ ਲੱਗਾ ਕਿ ਉਹਨੇ ਮੱਥਾ ਨਹੀਂ ਟੇਕਿਆ, ਤਾਂ ਫਿਰ ਉੱਥੇ ਗਈ ਕਿਉਂ? ਉੱਥੇ ਜਿਹੜਾ ਜਾ ਕੇ ਮੰਨਤ, ਵੈਸੇ ਤਾਂ ਅਮੂਮਨ ਕੀ ਹੁੰਦਾ ਵਾ, ਤਕਰੀਬਨ ਸਾਡੇ ਕੀ ਹੁੰਦਾ ਕਿ ਜਿਹੜਾ ਅੰਮ੍ਰਿਤਸਰ ਆਉਂਦਾ ਉਹ ਗੋਲਡਨ ਟੈਂਪਲ ਜਾ ਕੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਈਵਨ ਲੰਗਰ ਵੀ ਖਾ ਕੇ ਆਉਂਦਾ, ਠੀਕ ਹੈ ਨਾ ਜੀ? ਤੇ ਜੇ ਮੈਂ ਤਾਂ ਕਹਿੰਦਾ ਇਹ ਚੀਜ਼ਾਂ ਦੀ ਪੜਤਾਲ ਹੋਣੀ ਚਾਹੀਦੀ ਹੈ, ਇਹ ਜੋ ਵੀ ਬਿਲਕੁਲ ਡਿਨਾਈ ਨਹੀਂ ਕਰਦਾ ਇਸ ਚੀਜ਼ ਵਾਸਤੇ। ਮੈਂ ਇੱਕ ਛੋਟਾ ਜਿਹਾ ਸਵਾਲ ਲੈ ਲਾਂ, ਮਨਵਿੰਦਰ ਜੀ ਕੀ ਕਹਿਣਾ ਚਾਹ ਰਹੇ ਹੋ? ਸਾਹਿਬ ਹਾਂਜੀ, ਮੈਂ ਤਾਂ ਇਹੀ ਗੱਲ ਕਰਨੀ ਚਾਹਾਂਗਾ ਕਿ ਦਰਬਾਰ ਸਾਹਿਬ ਅਸੀਂ ਬਹੁਤ ਵਾਰੀ ਗਏ ਹਾਂ, ਤੇ ਉਹਦੇ ਵਿੱਚ ਕਾਰਨ ਕੀ ਹੈ ਵੀ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ, ਪੈਰ ਪਹਿਰਾ ਲੱਗਿਆ ਹੋਇਆ, ਜੇ ਕੋਈ ਮਾੜਾ ਜਿਹਾ ਆਪਣਾ ਸਰੋਵਰ ਦੇ ਵਿੱਚ ਪੈਰ ਲਮਕਾ ਕੇ ਬਹਿੰਦਾ ਤਾਂ ਉਹਨੂੰ ਝੱਟ ਆ ਕੇ ਖੜਾ ਕਰ ਦਿੰਦੇ ਆ। ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਇਹ ਸੋਚਣ ਵਾਲੀ ਗੱਲ ਹੈ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਤਾਂ ਨੀ ਇਹ ਕੁੜੀ ਨਾਲ ਰਲਿਆ ਵਾ ਜਿਹੜਾ ਕੰਮ ਕਰਵਾ ਰਿਹਾ, ਇਹ ਵੀ ਇੱਕ ਜਾਂਚ ਦਾ ਵਿਸ਼ਾ। ਠੀਕ ਹੈ, ਠੀਕ ਹੈ, ਧੰਨਵਾਦ, ਸ਼ੁਕਰੀਆ ਤੁਹਾਡੀ ਤੁਹਾਡੇ ਤੁਹਾਡੇ ਸਵਾਲ ਦੇ ਲਈ। ਕਾਫੀ ਸਾਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਇਨਵੈਸਟੀਗੇਟ ਕਰਨ ਦੀ ਜ਼ਰੂਰਤ ਹੈ, ਪਰ ਬੰਦੀਪ ਮੇਰਾ ਤੁਹਾਡੇ ਤੋਂ ਸਵਾਲ ਇਹ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਦੇ ਵਰਲਡ ਦੇ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਇੱਕ ਜ਼ਿਕਰ ਕੀਤਾ ਸਟਾਰਟਿੰਗ ਦੇ ਵਿੱਚ ਕਿ ਜਿਹੜੇ ਜੇ ਸੋਸ਼ਲ ਮੀਡੀਆ 'ਤੇ ਤੁਸੀਂ ਮਸ਼ਹੂਰ ਹੋਣਾ ਤਾਂ ਤੁਹਾਨੂੰ ਕੋਈ ਐਸੀ ਚੀਜ਼ ਕਰਨੀ ਪਏਗੀ, ਜਾਂ ਤਾਂ ਉਹ ਕੰਟਰੋਵਰਸ਼ੀਅਲ ਹੋਵੇ, ਜ਼ਿਆਦਾਤਰ ਤਾਂ ਕੰਟਰੋਵਰਸ਼ੀਅਲ ਹੀ ਹੁੰਦੀਆਂ, ਪਰ ਕੀ ਉਸਨੂੰ ਕਿਸੇ ਚੰਗੇ ਜ਼ਰੀਏ ਦੇ ਨਾਲ ਪ੍ਰਚਾਰਿਆ ਨਹੀਂ ਜਾ ਸਕਦਾ? ਕੀ ਜ਼ਰੂਰੀ ਹੈ ਕਿ ਹਰ ਚੀਜ਼ ਦੇ ਲਈ ਵਿਵਾਦ ਹੋਣਾ ਚਾਹੀਦਾ? ਦੇਖੋ, ਸੋਸ਼ਲ ਮੀਡੀਆ ਇੱਕ ਐਕਸਪੈਰੀਮੈਂਟ ਹੈ। ਜਿਵੇਂ ਮੈਂ ਕੋਈ ਫੋਟੋ ਅਪਲੋਡ ਕਰਤੀ ਉਹ ਵਾਇਰਲ ਹੋ ਗਈ, ਜਾਂ ਕੋਈ ਵੀਡੀਓ ਅਪਲੋਡ ਕਰਤੀ ਵਾਇਰਲ ਹੋ ਗਈ, ਧਾਰਮਿਕ ਥਾਵਾਂ ਤੇ ਧਾਰਮਿਕ ਮੁੱਦਿਆਂ ਤੇ ਵੀਡੀਓਜ਼ ਲੋਕ ਬਣਾਉਂਦੇ ਨੇ, ਬਿਜ਼ਨਸ ਬਣਾ ਲੈਂਦੇ ਆ। ਮਤਲਬ ਇਹ ਮੇਰਾ ਓਪੀਨੀਅਨ ਹੈ, ਮੈਂ ਦੇਖਿਆ, ਮਤਲਬ ਕਾਫੀ ਲੋਕ, ਇੱਕ ਅੱਧੇ ਬੰਦੇ ਨੇ ਉਹ ਵੀਡੀਓ ਉੱਦਾਂ ਬਣਾਤੀ, ਅੱਜ ਤੱਕ ਉਹ ਕਿਸੇ ਵੀ ਇਹੋ ਜਿਹੇ ਕਹਿੰਦੇ ਹੁੰਦੇ ਨਾ, ਨਾ ਗੁਰੂ ਘਰ ਗਿਆ ਨਾ ਮੰਦਰ ਗਿਆ, ਬਟ ਇੱਕਦਮ ਸਡਨਲੀ ਉਹਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਆਹ ਕਰਨਾ ਮੈਂ ਉਹ ਕਰਨਾ, ਠੀਕ ਹੈ, ਵਧੀਆ ਗੱਲ ਹੈ, ਰੱਬ ਵਾਲੇ ਰਾਹ 'ਤੇ ਤੁਰੇ ਹੋਏ ਆ, ਬਟ ਉਹ ਚੀਜ਼ ਨੂੰ ਉਹ ਨਾ ਖਿੱਚਣ ਦੀ, ਲੋਕਾਂ ਨੂੰ ਜੋੜਨ ਦੀ ਉਹ ਬਣਾ ਲੈਂਦੇ ਆ, ਈਜ਼ੀ ਫੇਮ। ਜੀ ਬਿਲਕੁਲ, ਤੇ ਉਹ ਚੀਜ਼, ਮਤਲਬ ਕਹਿੰਦੇ ਹੁੰਦੇ ਨਾ ਹਰ ਚੀਜ਼ ਦੀ ਨੈਗੇਟਿਵ ਤੇ ਪੋਜ਼ਿਟਿਵ ਚੱਲਦੀ ਆ। ਹੁਣ ਦੇਖੋ, ਜੇ ਆਪਾਂ ਕੁੜੀ ਬਾਰੇ ਗੱਲ ਕਰੀਏ, ਠੀਕ ਹੈ, ਮੰਨ ਸਕਦੇ ਹਾਂ ਕਿ ਬਹੁਤ ਵੱਡੀ ਮਾਨਤਾ ਉਹ ਆਈ ਦਰਬਾਰ ਸਾਹਿਬ ਆਈ, ਠੀਕ ਹੈ, ਉਹਨੂੰ ਇੰਨੀ ਤਾਂ ਕਿਸੇ ਨੇ, ਮਤਲਬ ਉਹਦੀ ਗਰੋਨ ਅਪ ਇਹੋ ਜਿਹੀ ਤਾਂ ਹੋਏਗੀ ਨਾ ਕਿ ਆਪਾਂ ਕਿਸੇ ਗੁਰੂ ਘਰੇ ਜਾਂਦੇ ਹਾਂ, ਆਪਾਂ ਕਿਸੇ ਧਾਰਮਿਕ ਥਾਵਾਂ 'ਤੇ ਜਾਂਦੇ ਹਾਂ, ਸਾਨੂੰ ਇੱਕ ਗਰੋਨ ਅਪ ਮਿਲੀ ਹੁੰਦੀ ਹੈ ਕਿ ਇਹ ਚੀਜ਼ ਦੀ ਨਹੀਂ ਲਿਮਿਟੇਸ਼ਨ ਹੈ। ਜਿਵੇਂ ਆਪਾਂ ਸਕੂਲ ਜਾਂਦੇ, ਸਾਨੂੰ ਪਤਾ ਸਾਨੂੰ ਫੋਨ ਯੂਜ਼ ਕਰਨਾ ਅਲਾਊਡ ਨਹੀਂ ਸੀ, ਆਪਾਂ ਨਹੀਂ ਕੱਢਦੇ ਸੀ ਜੇ ਲੈ ਕੇ ਜਾ ਰਹੇ ਹਾਂ, ਠੀਕ ਹੈ, ਸਾਡੀ ਉਮਰ ਸੀਗੀ ਕਿ ਆਪਾਂ ਮੋਬਾਈਲ ਲੈ ਜਾਂਦੇ ਸੀ, ਤੇ ਸਾਨੂੰ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਰੂਲਸ ਰੈਗੂਲੇਸ਼ਨ ਹਰ ਥਾਂ ਤੇ ਪਤਾ ਹੁੰਦੇ ਆ। ਚਲੋ, ਮੇਰੇ ਕੋਲ ਸਮਾਂ ਨਹੀਂ ਬਚਿਆ, ਬਟ ਮੇਰੀ ਕੋਸ਼ਿਸ਼ ਇਹ ਸੀਗੀ ਸਾਡੀ ਕਿ ਅਸੀਂ ਇਸ ਦਾ ਹਰ ਪੱਖ ਜਿਹੜਾ ਹੈ, ਹਰ ਪਹਿਲੂ ਉਸਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਬਾਕੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਾਂਚ ਦਾ ਵਿਸ਼ਾ ਤਾਂ ਹੈ ਹੀ, ਔਰ ਹੁਣ ਕਿਉਂਕਿ ਪਰਚਾ ਦਰਜ ਹੋ ਗਿਆ, FIR ਦਰਜ ਹੋ ਗਈ, ਇਸ ਕਰਕੇ
ਹੁਣ ਪੁਲਿਸ ਇਨਵੈਸਟੀਗੇਟ ਇਸ ਮਾਮਲੇ ਨੂੰ ਹੋਰ ਜ਼ਿਆਦਾ ਡੂੰਘਾਈ ਦੇ ਨਾਲ ਕਰ ਸਕਦੀ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਇਸ ਡਿਬੇਟ 'ਚ ਹਿੱਸਾ ਲੈਣ ਦੇ